ਹੈਲੋ ਟਰੈਕਟਰਾਂ ਨਾਲ ਸਿਰਫ ਇੱਕ ਇੱਕ ਵੀਰ ਆਵੇ, ਵੀਰ ਸਿਰਫ ਇੱਕ ਇੱਕ, ਮੌਂਸਰ ਵੀਰ ਨੋਟ ਕਰਨ ਵੀ ਟਰੈਕਟਰ 'ਤੇ ਸਿਰਫ ਇੱਕ ਇੱਕ ਨਾਲ ਆਵੇ ਮੇਰਾ ਵੀਰ, ਵਾਧੂ ਕੋਈ ਬੰਦਾ ਨਾ ਅੰਦਰ ਐਂਟਰੀ ਕਰੇ। ਉਹ ਹੈਲੋ ਵੀਰੇ ਤੋੜੋ ਨਾ, ਬੈਰੀਗੇਟ ਵਾਲਾ ਜਿੱਥੇ ਮੇਰੀ ਆਵਾਜ਼ ਸੁਣਦਾ ਹੈ ਉਹ ਵੀਰੇ ਇੱਧਰ ਆ ਕੇ ਵੀ ਰੱਸੀਆਂ ਬੰਨ੍ਹਦੇ, ਇੱਧਰੋਂ ਵੀ ਤੋੜ ਦੇਣਾ ਨੇ ਬੈਰੀਗੇਟ। ਵੀਰੇ ਨਹੀਂ ਮੁਕਾਬਲਾ ਨਹੀਂ ਸ਼ੁਰੂ ਕਰਾਉਣਾ, ਤੁਸੀਂ ਮਾੜਾ ਮਾੜਾ ਪਿੱਛੇ ਨੂੰ ਹੋ ਜਾਓ ਮੇਰਾ ਵੀਰ ਬਣ ਕੇ। ਹੈਲੋ, ਜਿਹੜੇ ਵੇਟਰ ਵੀਰਾਂ ਦੀ ਡਿਊਟੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇੱਧਰ ਗਰਾਊਂਡ ਦੇ ਵਿੱਚ ਜਿਹੜੀ ਪ੍ਰਬੰਧਕਾਂ ਦੇ ਲਈ ਪਾਣੀ ਜਿਹੜਾ ਜ਼ਰੂਰ ਲੈ ਆਉਣ। ਜਿਹੜੇ ਸਾਡੇ ਵੀਰਾਂ ਦੀ ਡਿਊਟੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਪਾਣੀ ਇੱਧਰ ਟਰੈਕ ਦੇ ਵਿੱਚ ਜ਼ਰੂਰ ਲੈ ਕੇ ਆਉਣ ਸਾਡੇ ਭਰਾਵਾਂ ਨੂੰ, ਜਿਹੜੇ ਵੀ ਵੀਰਾਂ ਦੀ ਡਿਊਟੀ ਹੈ ਪਾਣੀ ਲੈ ਕੇ ਆਓ ਜੀ। ਪਾਣੀ ਵਾਲਾ ਵੀਰ ਮੇਰੀ ਆਵਾਜ਼ ਸੁਣਦਾ ਹੈ ਉਹ ਸਾਡੇ ਲੈ ਕੇ ਆ ਜਾਵੇ, ਪਾਣੀ ਵਾਲਾ ਮੇਰਾ ਵੀਰ। ਉਹ ਵੀਰੇ ਪਿੱਛੇ ਪਿੱਛੇ ਨੂੰ ਹੋ ਜਾਓ, ਬਾਹਰ ਨਿਕਲੋ ਵਾਧੂ ਬੰਦੇ, ਵੀਰੇ ਤੁਸੀਂ ਜਾਲ ਤੋੜ ਕੇ ਅੰਦਰ ਆਈ ਜਾਂਦੇ ਹੋ, ਵੀਰੇ ਬਾਹਰ ਹੋਵੋ, ਮੈਂ ਤਾਂ ਸ਼ੁਰੂ ਕਰਾਉਣਾ ਆਪਾਂ ਨੇ। ਹੈਲੋ ਵੀਰ ਬਾਹਰ ਹੋਵੋ, ਮੈਂ ਤਾਂ ਸ਼ੁਰੂ ਹੋਣਾ। ਹੈਲੋ ਹੈਲੋ, ਇੱਧਰ ਜਿਹੜਾ ਸੱਤਵਾਂ ਮੈਚ ਸ਼ੁਰੂ ਹੋਣ ਜਾ ਰਿਹਾ, ਦੋਨੋਂ ਟਰੈਕਟਰ ਜਿਹੜੇ ਗੁਆਂਢੀ ਗੁਆਂਢੀ ਨਗਰਾਂ ਦੇ ਨੇ ਮੇਰੇ ਵੀਰਿਓ, ਇੱਕ ਪਾਸੇ 855 ਟਰੈਕਟਰ ਦਾ ਗਲਵੱਟੀ ਪਿੰਡ ਹੈ ਤੇ ਦੂਜੇ ਪਾਸੇ ਬਾਗੜੀਆਂ ਪਿੰਡ ਹੈ ਜ਼ਿਲ੍ਹੇ ਸੰਗਰੂਰ ਦਾ। ਚਲੋ ਮਲੇਰਕੋਟਲੇ ਤੋਂ ਪਟਿਆਲੇ ਨੂੰ ਜਾਈਏ, ਨਾਭੇ ਨੂੰ ਜਾਈਏ ਤਾਂ ਬਿਲਕੁਲ ਮੇਨ ਰੋਡ ਦੇ ਪਾਸੇ ਦੋਨੋਂ ਪਿੰਡ ਨੇ, ਬਿਲਕੁਲ ਗੁਆਂਢੀ ਗੁਆਂਢੀ ਨਗਰ ਨੇ। ਔਰ ਇੱਧਰ ਦੇਖੋ ਝੰਡੀ ਦਾ ਇੰਤਜ਼ਾਰ ਦੋਨੋਂ ਡਰਾਈਵਰ ਕਰ ਰਹੇ ਨੇ ਬਾਈ। ਬਾਈ ਵਾਹ, ਮਾਰ ਦਿਓ ਲਲਕਾਰਾ, ਜ਼ੋਰ ਦੀ ਲਲਕਾਰਾ। ਜੇ ਸਵਰਾਜ ਦੀ ਖੇਡ ਵਧੀਆ ਲੱਗੀ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਖੁੱਲ੍ਹ ਕੇ ਮੇਰੇ ਵੀਰੋ। ਵੀਰੇ ਜਿੰਨੇ ਵੀ ਰੇਲਿੰਗ ਉੱਤੇ ਧੱਕਾ ਦਾ ਹੀ ਖੜਿਆ ਨਾ ਮੇਰਾ ਵੀਰ, ਸਾਰੇ ਜਾਣੇ ਪਿੱਛੇ ਪਿੱਛੇ ਵਜੋ, ਜਿੰਨੇ ਵੀ ਵੀਰ ਜਾਣ ਨੂੰ ਧੱਕਾ ਲਾ ਹੀ ਖੜਿਆ, ਇਹ ਸਾਰੇ ਵੀਰ ਆਪਣੇ ਸਾਰੇ ਤੋਂ ਖੜ ਜਾਣ। ਸਾਰੇ ਭਰਾਵਾਂ ਨੂੰ ਬੇਨਤੀ ਹੈ ਇੱਧਰ ਜੱਗੀ ਗਲਵੱਟੀ ਦਾ
ਟਰੈਕਟਰ ਜਿਹੜਾ ਇੱਕ ਸਾਈਡ ਜਿੱਤ ਚੁੱਕੇ ਹੈ ਜੱਗੀ ਗਲਵੱਟੀ ਦਾ। ਵੀਰੇ ਕਿਸੇ ਵੀਰ ਦਾ ਇਹ 7 ਜਿਹੜਾ ਫੋਨ ਡਿੱਗਿਆ, ਜਿਹੜੇ ਵੀਰ ਨੂੰ ਫੋਨ ਲੱਭਿਆ ਹੋਵੇ ਜਿੰਨੇ ਪੈਸੇ ਚਾਹੀਦੇ ਨੇ, ਵੀਰ ਕਹਿੰਦਾ ਉਨੇ ਪੈਸੇ ਦੇ ਦਾਂਗੇ, ਪਰ ਉਹਦੇ ਵਿੱਚ ਕੁਛ ਉਹਦਾ ਪਰਸਨਲ ਡਾਟਾ ਹੈ, ਉਹ ਵੀਰ ਨੂੰ ਜਿਹੜਾ ਫੋਨ ਜ਼ਰੂਰ ਦੇ ਦਿਓ, ਜਿੰਨੇ ਪੈਸੇ ਚਾਹਵੇ ਉਨੇ ਪੈਸੇ ਦੇ ਦੇਣਗੇ, ਪਰ ਜਿਹੜੇ ਵੀਰ ਨੂੰ ਫੋਨ ਲੱਭਿਆ ਹੋਵੇ ਤਾਂ ਫੋਨ ਜਿਹੜਾ ਜ਼ਰੂਰ ਦੇ ਦੇਣ। ਇਹ 7 ਫੋਨ ਗਿਰ ਗਿਆ, ਜਿਹੜੇ ਵੀਰ ਨੂੰ ਮਿਲੇ ਜ਼ਰੂਰ ਦੇ ਦੇਣ ਜੀ, ਉਸ ਵੀਰ ਦਾ ਕੁਛ ਪਰਸਨਲ ਡਾਟਾ ਉਹਦੇ ਵਿੱਚ, ਪਰ ਮੈਚ ਨਾਲ ਜੁੜੀਏ ਫਿਰ ਮੇਰੇ ਵੀਰੋ। ਭਿੰਦਰ ਧਾਂਦਰਾ ਆਰ ਐਕਸ ਮਨੀ ਆਰ ਮਾਲ ਰੋਟੀ 50-60 ਬੈਰੀਗੇਟ ਵਾਲਾ ਜਿੱਥੇ ਆਵਾਜ਼ ਸੁਣਦਾ ਵੀਰੇ ਆਪਣੇ ਬੈਰੀਗੇਟ ਚੈੱਕ ਕਰ ਲਵੇ, ਮੇਨ ਸਟੇਜ ਵਾਲੀ ਸਾਈਡ ਆਪਣੇ ਬੈਰੀਗੇਟਾਂ ਨੂੰ ਆ ਕੇ ਬੰਦ ਹੋਏ ਚੰਗੀ ਤਰ੍ਹਾਂ ਲੋਟ ਕਰ ਚੁੱਕੇ ਬੈਰੀਗੇਟ ਵਾਲਾ। ਮਾਲ ਰੋਟੀ 50-60 ਤੇ ਭਿੰਦਰ ਧਾਂਦਰਾ ਆਰ ਐਕਸ ਮਨੀ, ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਇਹ ਵਾਰ ਮੈਚ ਜਿਹੜਾ ਇੱਕ ਪਾਸੇ ਗਲਵੱਟੀ ਤੇ ਵਗਣੀ ਆ। ਨਹੀਂ ਬਈ ਨਹੀਂ, ਉਹ ਵੀਰੇ ਨਾ ਤੋੜੋ ਵੀਰੇ, ਪਿੱਛੇ ਹੋ ਜਾਓ। ਬਈ ਬਾਂਸਰਾਂ ਨੂੰ ਬੇਨਤੀ, ਉਹਦੇ ਨਾਲ ਜਿਹੜਾ ਡਿੱਗਣ ਵਾਲਾ ਪਿਆ ਪਿੱਛੇ ਕਰੋ ਜੀ ਆ ਕੇ, ਜਿਹੜੇ ਬਾਂਸਰਾਂ ਦੀ ਡਿਊਟੀ ਆ ਜਲਦੀ ਨਾਲ ਆ ਜਾਣ। ਸੁੱਖਾ ਬਾਂਸਰ ਗਰੁੱਪ, ਸੁੱਖੇ ਬਾਂਸਰ, ਇਹਨਾਂ ਨੂੰ ਮਾੜਾ ਮਾੜਾ ਪਿੱਛੇ ਕਰਦੇ ਬੈਰੀਗੇਟਾਂ ਤੋਂ ਮੇਰਾ ਵੀਰ। ਵੀਰੇ ਪਿਆਰ ਨਾਲ ਕਰਦੇ ਪਿਆਰ ਨਾਲ, ਹੁਣ 20 ਵਾਰ ਅਸੀਂ ਵੀ ਕਹਿ ਲਿਆ, ਇੱਕ ਵਾਰ ਤੂੰ ਵੀ ਕਹਿ ਦੇ ਹੁਣ। ਹੋਈ ਵਾਹ ਲੈ ਲਾਡੀ, ਮਾਰ ਦਿਓ ਇੱਕ ਜ਼ੋਰਦਾਰ ਤਾੜੀ ਤੇ ਲਲਕਾਰਾ ਜੇ ਗੇਮ ਵਧੀਆ ਲੱਗਦੀ ਆ ਵੀਰੋ, ਮਾਰ ਦਿਓ ਲਲਕਾਰਾ ਨੂੰ ਪਿਆਰ ਕਰ ਦਿਓ, ਤਾੜੀ ਮਾਰ ਦਿਓ ਫਿਰ ਖੁੱਲ ਕੇ। ਇਹਦੇ ਵਿੱਚੋਂ ਜੱਗੀ ਗਲਵੱਟੀ ਦਾ 855 ਟਰੈਕਟਰ ਬਾਜ਼ੀ ਮਾਰ ਗਿਆ ਬਈ, 855 ਜੱਗੀ ਦਾ ਟਰੈਕਟਰ ਜੇਤੂ ਹੈ। ਅਗਲਾ ਮੈਚ ਬੁੱਧੂ ਲੈ ਟਰੈਕਟਰ ਅੰਦਰ। ਹੈਲੋ ਬੈਰੀਗੇਟ ਵਾਲਾ ਮੇਰੀ ਆਵਾਜ਼ ਸੁਣਦਾ ਵੀਰੇ, ਆ ਜਾਵੇ ਚੱਲਦੇ ਹੋ ਚੱਲਦੇ ਹੋ, ਬੈਰੀਗੇਟ ਵਾਲਾ ਮੇਰਾ ਵੀਰ ਸਾਡੀ ਸੁਣਦਾ ਤਾਂ ਜਿਵੇਂ ਸਾਡੇ ਕੋਲ, ਮੈਂ ਸੜਦਾ ਹਾਂ, ਚੱਲ ਆ ਜਾ ਆਓ ਦੇਖੋ ਆ ਲੈ ਬਸ। ਇਹਦਾ ਚੈੱਕ ਹੀ ਕੀਤਾ ਸੀ ਵੀ ਮੇਰਾ ਟਰੈਕਟਰ ਵੀਰੇ ਆ ਜਾਓ,
ਮਾਰ ਦਿਓ ਇੱਕ ਜ਼ੋਰਦਾਰ ਲਲਕਾਰਾ ਤੇ ਤਾੜੀ ਮਾਰ ਦਿਓ, ਜੇ ਸਵਾਦ ਆਉਂਦਾ ਤਾਂ ਲਲਕਾਰਾ ਮਾਰ ਦਿਓ ਇੱਕ ਤਾੜੀ ਜ਼ੋਰਦਾਰ ਵੀਰੋ। ਮੋੜ 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 ਲਲਕਾਰਾ ਮਾਰ ਦਿਓ ਇੱਕ ਜ਼ੋਰਦਾਰ ਲਲਕਾਰਾ। ਆ ਜਾਓ ਵੀ ਰੋਟੀ ਵਾਲੇ ਜਲਦੀ ਆ ਜਾਓ। ਉਹ ਵੀਰ ਬੈਰੀਗੇਡ ਨਾ ਤੋੜੋ। ਹੈਲੋ ਉਹ ਬੈਰੀਗੇਡ ਮੇਰਾ ਵੀਰ ਆਵਾਜ਼ ਸੁਣਦਾ ਬੈਰੀਗੇਡ ਵਾਲਾ। ਉਹ ਬਾਈ ਜੀ ਨੂੰ 850 ਦਾ ਮੈਚ ਵਧੀਆ ਲੱਗਾ, ਸਵਾਦ ਆ ਗਿਆ, ਤਾੜੀ ਮਾਰੋ ਇੱਕ ਵਾਰੀ। ਹਾਂ ਜਿਉਂਦੇ ਰਹੋ ਭਾਈ 850 ਕਿਉਂਕਿ 1,00,000 ਰੁਪਈਆ ਨਾਮ ਆ ਉੱਧਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਾਡੀ ਉਟਾਲਾ ਵਾਲਾ ਸਾਡਾ ਵੀਰ ਗਵਾਂਢੀ ਨਗਰ ਹੈ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ, ਧੰਨਵਾਦ ਕਰਦੇ ਹਾਂ। ਆਹ ਟਰੈਕਟਰ ਕਹਿੰਦੇ ਬਈ ਰੋਟੀ ਖਾਸ ਪਿੰਡ। ਹੈਲੋ ਇਧਰ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ, ਜਿਹੜਾ ਤੁਸੀਂ ਜੌਨ ਡੀਅਰ ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ 24 ਤਰੀਕ ਨੂੰ ਲਹਾਰੇ ਪਿੰਡ ਦੇ ਵਿੱਚ ਤੀਜਾ ਪ੍ਰਾਈਜ਼ ਜਾਣ ਲਈ ਬਾਸੀ ਮਸ਼ੀਨ ਵਿਨ ਕੀਤੀ ਹੈ। ਜੌਨ ਡੀਅਰ ਟਰੈਕਟਰ ਜਿਹੜਾ ਤੁਸੀਂ ਤੱਕਦੇ ਹੋ ਇਹ ਟਰੈਕਟਰ ਨੇ ਲਹਾਰੇ ਦੇ ਉੱਪਰ ਲੈ ਵੀ ਹੁਣ ਕੱਟ ਮਾਰ ਲੱਗ ਗਿਆ, ਇਹਦੀ ਬੈਟਰੀ ਜਿਹੜੀ ਚੇਂਜ ਕਰ ਦੋ ਤੇ 25 ਤਰੀਕ ਨੂੰ ਇਸੇ ਟਰੈਕਟਰ ਨੇ ਫੇਰ ਜਿਹੜਾ ਤੀਜਾ ਨੰਬਰ ਡੋਬਾ ਵਾਲ ਦੇ ਵਿੱਚ ਹਾਸਲ ਕੀਤਾ ਹੈ ਤੇ ਆਹ ਟਰੈਕਟਰ ਦਾ ਚੌਥਾ ਨੰਬਰ ਰਿਹਾ ਹੈ ਉੱਭਾ ਵਾਲ ਪਿੰਡ ਦੇ ਵਿੱਚ। ਇੱਧਰ ਸਾਡਾ ਦੀਪਾ ਸਰਪੰਚ ਸਾਡਾ ਵੀਰ ਜਿਹੜਾ ਵਿਸ਼ੇਸ਼ ਤੌਰ ਤੇ ਪੁੱਜ ਚੁੱਕਿਆ ਹੈ, ਸਰਪ੍ਰਸਤ ਹੈ ਇਸ ਪੂਰੇ ਖੇਡ ਮੇਲੇ ਦਾ ਸਾਡਾ ਬਾਈ ਦੀਪਾ ਸਰਪੰਚ, ਉਹ ਵੀ ਵੀਰ ਸਾਡਾ ਚੁੱਚੇ ਤੌਰ ਤੇ ਪੁੱਜ ਚੁੱਕਿਆ ਹੈ ਆਪਣੀ ਸਮੁੱਚੀ ਮੈਨੇਜਮੈਂਟ ਦੇ ਨਾਲ। ਇਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਾਈ ਦੀਪੇ ਸਰਪੰਚ ਉਹਨਾਂ ਦਾ ਸਮੁੱਚੀ ਟੀਮ ਦਾ, ਖੁੱਲੇਵਾਲ ਨਗਰ ਦਾ ਚੇਚੇ ਧੰਨਵਾਦ ਹੈ। ਅੱਜ ਉਹ ਮੇਲਾ ਪੂਰੇ ਭਰ ਜਾਂਦੇ ਆ ਦਰਸ਼ਕੋ ਜਿਹੜੇ ਮੇਲੇ ਦੀਆਂ ਗੱਲਾਂ ਘੱਟੋ ਘੱਟ ਫਰਵਰੀ ਦੇ ਵਿੱਚ ਪੋਸਟਰ ਜਿਹੜੇ ਰਿਲੀਜ਼ ਹੋ ਚੁੱਕੇ ਸੀ, ਅੱਜ ਉਹ ਮੇਲੇ ਦੇ ਤੁਸੀਂ ਆਨੰਦ ਮਾਣ ਰਹੇ ਹੋ ਜਿੱਥੇ ਕੱਲ੍ਹ ਕਬੂਤਰਾਂ ਦੀ ਬਾਜੀ ਔਰ ਮਾਂ ਖੇਡ ਕਬੱਡੀ ਦੇ ਮੈਚ ਆਉਣੇ ਨੇ, ਉਹ ਵੀ ਕੱਲ੍ਹ ਦਿਲ ਖਿੱਚਵੀ ਮੈਚ ਆਉਣਗੇ ਨਾਲ ਹੀ ਰਣਜੀਤ ਮਾਵੇ ਦਾ ਕੱਲ੍ਹ ਨੂੰ ਖੁੱਲ੍ਹਾ ਖੜਾ ਹੋਵੇਗਾ। ਸਾਡਾ ਦੀਪਾ ਸਰਪੰਚ ਆਪ ਸਾਰੀ ਸੰਗਤ ਨੂੰ ਸੱਦੇ ਦੇ ਰਿਹਾ ਹੈ, ਪਰ ਇੱਧਰ ਜੌਨ ਡੀਅਰ ਟਰੈਕਟਰ ਜਿਹੜਾ ਇੱਕ ਮੋਟਰਸਾਈਕਲ ਦਾ ਤੂੰ ਹੈ ਮੇਰੇ ਵੀਰੋ। ਲਓ ਜੌਨ ਡੀਅਰ ਟਰੈਕਟਰ ਟਿੱਬਾ ਪਿੰਡ ਸਾਹਨੇਵਾਲ ਦੇ ਲਾਗੇ ਉਸੇ ਟੂਰਨਾਮੈਂਟ ਤੋਂ ਸਿਟੀ 100 ਮੋਟਰਸਾਈਕਲ ਜਿੱਤਿਆ ਹੈ ਜੌਨ ਡੀਅਰ ਟਰੈਕਟਰ ਨੇ ਤੇ ਦੂਜੇ ਪਾਸੇ ਮਨੀ ਮਾਜਰੀ ਆਲ ਐਕਸ ਟਰੈਕਟਰ ਦੇ ਨਾਲ ਹੈ। ਕਾਲਖ ਮਾਜਰੀ ਪਿੰਡ ਹੈ, ਮੰਡੀ ਐਂਡਗੜ੍ਹ ਛਪਾਰ ਦੇ ਲਾਗੇ ਕਰਕੇ ਵਸਿਆ ਪਿੰਡ ਹੈ।
ਮਨੀ ਮਾਜਰੀ ਆਰ ਐਕਸ ਟਰੈਕਟਰ ਨੂੰ ਡਰਾਈਵ ਕਰ ਰਿਹਾ ਨੌਜਵਾਨ, ਪਰ ਅਗਲੇ ਮੈਚ ਲਈ ਮਾਉਂਟ ਰੋਟੀ 60-55 ਆਰ ਤਾਜਵੀਰ ਲਾਡ ਲਾ ਗਿਆ। ਮਾਉਂਟ ਰੋਟੀ 60-55 ਆਰ ਤਾਜਵੀਰ ਲਾਡ ਲਾ ਗਿਆ। ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਇੱਧਰ ਸਾਡਾ ਦੀਪਾ ਸਰਪੰਚ ਵੀ ਅੱਜ ਪੂਰਾ ਖੁਸ਼ ਹੈ ਕਿਉਂਕਿ ਮੇਲਾ ਪੂਰੇ ਭਰ ਜਾਂਦੇ ਹੈ। ਹੈਲੋ, ਕੱਲ ਨੂੰ ਮਾਂ ਖੇਡ ਕਬੱਡੀ ਦੇ ਜਿੱਥੇ ਮੈਚ ਹੋਣੇ ਨੇ ਉੱਥੇ ਰਣਜੀਤ ਬਾਵੇ ਦਾ ਖੁੱਲ੍ਹਾ ਖੜਾ ਆਵੇਗਾ। ਬਾਈ ਦੀਪਾ ਸਰਪੰਚ ਜਾਣਕਾਰੀ ਵੀ ਦੱਸ ਰਹੇ ਨੇ ਕੱਲ ਨੂੰ ਯਾਦਵਿੰਦਰ ਸਿੰਘ ਯਾਦਾ ਸੁਰਖਪੁਰੀਆ, ਚੁਪਿੰਦਰ ਮਨਾਣਾ ਬੁੱਗਾ ਮਨਾਣੇ ਦਾ, ਖੁਸ਼ਦੀਪ ਸਿੰਘ ਦਿੜਬਾ ਮੰਗੀ ਬੁੱਗਾ ਪਿੰਡ, ਕੱਲ ਨੂੰ ਜਲਾਦਪੁਰੀਏ ਗੁਰਲਾਲ ਵਰਗੇ, ਘਨੌਰੀਏ ਗੁਰਲਾਲ ਵਰਗੇ ਕੱਲ ਨੂੰ ਇਸੇ ਟੂਰਨਾਮੈਂਟ ਦੇ ਬੱਲੇ ਬੱਲੇ ਕਰਵਾਉਣ ਆ ਰਹੇ ਨੇ। ਖੁਸ਼ਦੀਪ ਸਿੰਘ ਗਿੱਲ ਭਾਵੇਂ ਗੱਲ ਰਣੀ ਲੱਖ ਰੁਪਈਆ ਪਹਿਲੀ ਵਾਰ ਹੋ ਰਿਹਾ ਐਡਾ ਵੱਡਾ ਟੂਰਨਾਮੈਂਟ, ਬਹੁਤ ਵੱਡੀ ਵਧਾਈ ਦੇ ਪੱਤਰ ਨੇ ਸਾਡੇ ਦੀਪੇ ਸਰਪੰਚ ਹੋਣੀ। ਵੀਰੇ ਇੱਕ ਪਾਣੀ ਪਿਆਉਣ ਲਈ ਇੱਧਰ ਹੋ ਜਾ ਕਰੋ, ਇੱਕ ਇੱਧਰ ਹੋ ਜਾ ਕਰੋ। ਅਗਲਾ ਮੈਚ ਮਾਉਂਟ ਰੋਟੀ 60-55 ਔਰ ਤਾਜਵੀਰ ਲਾਡ ਲਾ ਗਿਆ। ਮਾਉਂਟ ਰੋਟੀ 60-55 ਔਰ ਤਾਜਵੀਰ ਲਾਡ ਲਾ ਜਾ, ਦੋਨੋਂ ਟਰੈਕਟਰ ਆ ਜਾਣਗੇ। ਤਾਜਵੀਰ ਲਾਡ ਲਾ ਔਰ ਮਾਉਂਟ ਰੋਟੀ 60-55 ਇੱਧਰ ਦੇਖੋ ਮੇਰੇ ਵੀਰੋ। ਇਹਦੇ ਵਿੱਚੋਂ ਜੌਂਡੀਅਰ ਟਰੈਕਟਰ ਜਿਹੜਾ ਜੇਤੂ ਹੈ, ਜੌਂਡੀਅਰ ਟਰੈਕਟਰ ਜਿਹੜਾ ਜੇਤੂ ਹੈ। ਮਾਉਂਟ ਰੋਟੀ 60-55 ਦੇ ਤਾਜਵੀਰ ਲਾਡਲਾ, ਮਾਉਂਟ ਰੋਟੀ 60-55 ਔਰ ਤਾਜਵੀਰ ਲਾਡਲਾ ਜਿਹਾ, ਇਹ ਦੋਨੋਂ ਟਰੈਕਟਰ ਆ ਜਾਣ ਬਈ। ਤਾਜਵੀਰ ਲਾਡਲਾ ਮਨਜੀਤ, ਦੂਜਾ ਟਰੈਕਟਰ ਮੰਗਾਓ ਜਲਦੀ 60-55 ਨਾਲ ਤਾਜਵੀਰ ਲਾਡ ਲਾ ਗਿਆ, ਤਾਜਵੀਰ ਲਾਡ ਲਾ ਗਿਆ, ਉਹ ਵੀ ਟਰੈਕਟਰ ਆ ਗਿਆ ਬਈ। ਤਾਜਵੀਰ ਲਾਡ ਲਾ ਗਿਆ, ਮੇਰੀ ਬੇਨਤੀ ਹੈ ਬਾਂਸਰਾਂ ਨੂੰ ਬਈ, ਦੋ ਦੋ ਤਿੰਨ ਤਿੰਨ ਕਰਕੇ ਗਰਾਊਂਡ ਪੂਰਾ ਭਰ ਗਿਆ। ਮੇਰਾ ਵੀਰ ਚੇਚੇਦਾਰ ਦੇ ਧੰਨਵਾਦ ਹੈ, ਨਾਲੀ ਮਾਲਵਾ ਟੀਵੀ .com ਔਰ ਪੰਜਾਬੀ ਟੀਵੀ .com ਦੋਨੋਂ ਚੈਨਲ ਜਿਹੜੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਜ਼ਰੀਏ
ਅੱਜ ਦੇ ਪੂਰੇ ਟੋਚਨ ਮੇਲੇ ਨੂੰ ਲਾਈਵ ਦਿਖਾ ਰਹੇ ਨੇ। ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਡੇ malwaTV.com ਔਰ punjabiTV.com ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਮੇਲਾ ਲਾਈਵ ਹੋ ਰਿਹਾ ਹੈ। ਪਰ ਇੱਕ ਪਾਸੇ ਪੱਪੀ ਸੋਹੀ ਤਾਜਵੀਰ ਦੇ ਨਾਮ ਤੇ ਐਂਟਰੀ ਅੱਜ ਅਰਜਨ ਟਰੈਕਟਰ ਦੀ, ਤੇ ਦੂਜੇ ਪਾਸੇ ਫਾਰਮ ਟਰੈਕ 6055 ਅੱਜ ਰੋਟੀ ਵਾਲਾ ਦੇ ਨਾਮ ਤੇ ਐਂਟਰੀ ਹੋ ਚੁੱਕੀ ਹੈ। ਸਾਡੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਬਾਈ ਜੀ, ਜਾਲ ਤੇ ਭਾਰ ਨਾ ਦਿਓ। ਪਾਣੀ ਪੀਣਾ, ਕੋਲਡ ਡਰਿੰਕ? ਅੱਛਾ ਬਈ, ਪਾਣੀ ਵਾਲੇ ਵੀਰਾਂ ਨੂੰ ਬੇਨਤੀ ਹੈ ਤੂੰ ਇੱਧਰ ਆ ਜਾ ਪਹਿਲਾਂ। ਗਿਆਨੀ ਇੱਧਰ ਰਲ ਮਿਲ ਕੇ ਯਾਰ ਵੰਡ ਕੇ ਪਾਣੀ ਪਿਆਓ, ਠੀਕ ਆ? ਇੱਕ ਜਣਾ ਉਧਰੋਂ ਸ਼ੁਰੂ ਹੋ ਜਾ ਕਰੋ, ਇੱਕ ਜਣਾ ਇੱਧਰ ਹੋ ਜਾ ਕਰੋ। ਉਹ ਸਿਰੇ ਤੋਂ ਪਿਆ ਗਿਆ ਪਹਿਲਾਂ, ਉਹ ਦੇਖ ਬਾਬਾ ਵੇੜਾ ਬੈਠਾ। ਬੈਰੀਗੇਟ ਵਾਲਾ ਮੇਰਾ ਵੀਰ ਜਿੱਥੇ ਆਵਾਜ਼ ਸੁਣਦਾ ਇੱਕ ਵਾਰ ਫੇਰ ਉਹ ਸਾਡੇ ਨਾਲ ਸੰਪਰਕ ਬਣਾਵੇ, ਦਰਸ਼ਕਾਂ ਨੂੰ ਛਕਾਵੇ। ਘਨੱਈਆ ਸੇਵਾ ਵਾਲਾ ਮੇਰਾ ਵੀਰ ਜਿੱਥੇ ਵੀ ਸਾਡੀ ਆਵਾਜ਼ ਸੁਣਦਾ। ਉਧਰ ਸਾਡੇ ਵੀਰ ਹਰਪ੍ਰੀਤ ਸਿੰਘ ਜੀ MLA ਫਾਰਮ ਵਾਲੇ, ਉਹ ਵੀ ਸਾਡੇ ਦਰਮਿਆਨ ਪੁੱਜੇ ਨੇ। ਬਾਈ ਹਰਪ੍ਰੀਤ ਸਿੰਘ ਜੀ MLA ਫਾਰਮ ਯੋਧਾ ਵਾਲੇ, ਬਾਈ ਸਨੀ ਹੁਣੀ, ਜਸਵੀਰ ਹੁਣੀ ਨਾਲ ਗਾਂਧੀ ਹੁਣੀ ਉਚੇਚੇ ਤੌਰ ਤੇ ਪੁੱਜੇ ਨੇ। ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਬਾਈ ਹਰਪ੍ਰੀਤ ਸਿੰਘ ਜੀ MLA ਫਾਰਮ ਯੋਧਾ ਵਾਲੇ ਸਾਡੇ ਦਰਮਿਆਨ ਪੁੱਜੇ ਨੇ, ਨਾਲ ਬਾਈ ਜਸਵੀਰ, ਗਾਂਧੀ ਔਰ ਸਨੀ, ਉਹ ਵੀ ਵੀਰ ਉਹਨਾਂ ਦੇ ਨਾਲ ਨੇ। ਉਚੇਚੇ ਤੌਰ ਤੇ ਧੰਨਵਾਦ ਹੈ ਬਾਈ ਹਰਪ੍ਰੀਤ ਸਿੰਘ ਜੀ MLA ਫਾਰਮ ਵਾਲੇ, ਨਾਲ ਹੀ ਜਿੰਨੇ ਵੀ ਭਰਾ ਸਾਡੇ ਅੱਜ ਦੇ ਟੂਰਨਾਮੈਂਟ ਨੂੰ ਲਾਈਵ ਆਨੰਦ ਮਾਣ ਰਹੇ ਨੇ punjabiTVlive.com ਦੇ ਜ਼ਰੀਏ ਔਰ malwaTV ਦੇ ਜ਼ਰੀਏ। ਸਾਰੇ ਵੀਰਾਂ ਨੂੰ ਘਰੇ ਬੈਠੇ ਹੀ ਫਤਿਹ ਅਰਜ ਹੈ, ਸਾਰੇ ਵੀਰਾਂ ਦਾ ਹੀ ਧੰਨਵਾਦ ਹੈ ਉਚੇਚੇ ਤੌਰ ਤੇ। ਵੀਰੇ ਕਿਰਪਾ ਕਰਕੇ ਥੋੜਾ ਥੋੜਾ ਪਿੱਛੇ ਹੋ ਜਾਓ। ਬੌਂਸਰ ਜਿੱਥੇ ਵੀ ਮੇਰੀ ਆਵਾਜ਼ ਸੁਣਦਾ, ਸੁੱਖਾ ਬੌਂਸਰ ਗਰੁੱਪ ਦਾ ਇੱਕ ਬੰਦਾ, ਵੀਰੇ ਇਹਨਾਂ ਨੂੰ ਸਾਈਡ ਤੇ ਕਰ ਦੇ, ਸਾਰਿਆਂ ਨੂੰ ਮਾੜਾ ਮਾੜਾ ਪਿੱਛੇ ਕਰ ਦਿਓ ਪਿਆਰ ਨਾਲ। ਸਾਡੇ ਫਾਸਟਵੇ ਚੈਨਲ ਤੋਂ ਜਿੰਨੇ ਵੀ ਵੀਰ ਪਹੁੰਚੇ ਨੇ ਉਹਨਾਂ ਦਾ ਵੀ ਚੇਤੇ ਤੌਰ ਤੇ ਧੰਨਵਾਦ ਹੈ। ਸੇਵ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਹਰ ਸਾਲ ਵੱਡਾ ਮੇਲਾ ਕਰਵਾਉਂਦੇ ਨੇ ਗੁਰਾਸਤੇ ਤੇ 12ਸੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਧਰ ਸਾਡੇ ਫਾਸਟਵੇ ਨੈਟਵਰਕ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਦਿਖਾਉਣਗੇ ਸਾਡੇ ਵੀਰ, ਇਹਨਾਂ ਦਾ ਵੀ ਚੇਤੇ ਤੌਰ ਤੇ ਧੰਨਵਾਦ ਹੈ। ਫਾਸਟਵੇ ਨੈਟਵਰਕ, ਇਹਨਾਂ ਦਾ ਵੀ ਚੇਤੇ ਤੌਰ ਤੇ ਧੰਨਵਾਦ ਹੈ। ਇਹ ਵੀ ਅੱਜ ਦੇ ਮੇਲੇ ਨੂੰ ਲਾਈਵ ਦਿਖਾ ਰਹੇ ਨੇ। ਪਰ ਇਧਰ ਦੇਖੋ ਮੇਰੇ ਵੀਰ, ਪੱਪੀ ਇੱਕ ਪਾਸੇ 6055 ਮੀਟਰ ਹੈ, ਲੈ ਵੀ ਫਾਸਟਵੇ ਵਾਲਿਆ ਕਰ ਰਿਕਾਰਡਿੰਗ ਇਸ ਮੈਚ ਦੀ। ਇੱਧਰ ਸਾਡੇ ਦੀਪਾ ਸਰਪੰਚ ਜੀ ਸਾਡੇ ਵੀਰ ਗਰਾਊਂਡ ਦੇ ਵਿੱਚ ਖੜ ਕੇ ਆਨੰਦ ਮਾਣ ਰਹੇ ਨੇ ਮੇਲੇ ਦਾ। ਇਸ ਵੀਰ ਦਾ ਵੀ ਚੇਤੇ ਤੌਰ ਤੇ ਧੰਨਵਾਦ ਹੈ ਬਾਈ ਦੀਪਾ ਸਰਪੰਚ ਜੀ, ਜਿੰਨੀ ਵੀ ਮੈਨੇਜਮੈਂਟ ਹੈ ਇਹਨਾਂ ਦੀ, ਸਾਰਿਆਂ ਦਾ ਹੀ ਧੰਨਵਾਦ ਹੈ। ਪਰ ਇੱਧਰ ਸਾਈਡਾਂ ਜਿਹੜੀਆਂ ਚੇਂਜ ਹੋ ਰਹੀਆਂ ਨੇ, ਇੱਕ ਸਾਈਡ ਜਿਹੜੀ ਉਹ ਤਾਜਵੀਰ ਲਾਡਲੇ ਦੇ ਟਰੈਕਟਰ ਨੇ ਜਿੱਤ ਲਈ ਹੈ, ਤਾਜਵੀਰ ਲਾਡਲੇ ਦੇ ਟਰੈਕਟਰ ਨੇ ਇੱਕ ਸਾਈਡ ਜੇਤੂ ਕਰ ਲਈ ਹੈ। ਵੱਡਾ ਇਸ ਟੂਰਨਾਮੈਂਟ ਦੇ ਵਾਸਤੇ
ਕਾਲੂ ਕਬੂਤਰਬਾਜ਼ੀ ਦੇ ਮੁਕਾਬਲੇ ਹੋਣੇ, ਉਹ ਇੱਕ ਪਿੰਡ ਓਪਨ ਦੀਆਂ ਵੱਡੀਆਂ ਟੀਮਾਂ ਪਹੁੰਚ ਰਹੀਆਂ ਨੇ। ਫੋਰਚੂਨਰਾਂ ਦਾ ਜੇਤੂ BMW ਜੀ ਨੂੰ ਮਾਨ ਸਨਮਾਨ ਵਿੱਚ ਮਿਲੀ, ਨੁਕਰੇ ਘੋੜੇ ਆਲਟੂਆਂ ਦੇ ਜੇਤੂਆਂ ਨੇ ਪਹੁੰਚਣਾ। ਸੋ ਦਰਸ਼ਕ ਵੀਰ ਇਹ ਵੀ ਨੋਟ ਕਰਨ ਕਿ ਪੂਰੀਆਂ ਚੋਟੀ ਦੀਆਂ ਟੌਪ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਕੱਲ੍ਹ ਦੇ ਟੂਰਨਾਮੈਂਟ 'ਤੇ। ਵੀਰੇ ਹਾਫ ਕਲੱਚ ਕਿਸੇ ਨੇ ਨਹੀਂ ਕਰਨਾ, ਹਾਫ ਕਲੱਚ ਕਿਸੇ ਨੇ ਨਹੀਂ ਕਰਨਾ, ਭਾਵੇਂ ਕੋਈ ਆ ਇਹ ਸਾਰੇ ਜਾਣੇ ਸੁਣ ਲੈਣ, ਜੇ ਕੋਈ ਹਾਫ ਕਲੱਚ ਦੋ ਤੋਂ ਵੱਧ ਵਾਰੀ ਕਰੂਗਾ ਤਾਂ ਤੁਸੀਂ ਆਪ ਜਾਣੀ ਜਾਣੋ ਵੀ ਉਹਦਾ ਹੋਣਾ ਕੀ ਆ। ਕੋਈ ਵੀ ਵੀਰ ਹਾਫ ਕਲੱਚ ਨਹੀਂ ਵੀ ਨਾ ਕਰੇ। ਇੱਕ ਪਾਸੇ ਕੁਲਵੰਤ 60-55 ਦੇ ਨਾਲ ਹੈ, ਮੋੜੋ ਸਾਡੇ ਵੀਰ ਜਿਹੜੇ ਘਰਖਣਾ ਤੋਂ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਆ ਸਾਰੇ ਵੀਰਾਂ ਦਾ, ਮੋਸਟ ਵੈਲਕਮ ਜੀ ਆਇਆਂ ਆਖਦੇ ਹਾਂ ਅਸੀਂ ਸਮੁੱਚੀ ਸਪੋਰਟਸ ਕਲੱਬ ਵੱਲੋਂ ਘਰਖਣਾ ਵਾਲੇ ਵੀਰਾਂ ਦਾ ਵੀ। ਇਹਦੇ ਵਿੱਚੋਂ ਪੱਪੀ ਲਾਡਲਾ ਟਰੈਕਟਰ ਜਿਹੜਾ ਜੇਤੂ ਹੈ, ਦਰਸ਼ਕੋ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਸਵਾਦ ਆ ਰਿਹਾ ਜਾਂ ਨਹੀਂ, ਇੱਕ ਵਾਰੀ ਤਾੜੀ ਮਾਰ ਦਿਓ। ਇਹਦੇ ਮੈਚ ਜਿਹੜੇ ਬਹੁਤ ਵਧੀਆ ਖੇਡੇ ਜਾ ਰਹੇ ਨੇ, ਅਗਲਾ ਮੈਚ ਆ ਜਾਓ ਜੀ, ਉਹ ਵੀਰੇ ਮਾੜਾ ਮਾੜਾ ਪਿੱਛੇ ਨੂੰ ਹੋ ਜਾਓ ਜਾਂ ਬਣਾ ਲਿਆ ਕਰ। ਬਈ ਸਾਰੇ ਵੀਰਾਂ ਨੂੰ ਬੇਨਤੀ ਹੈ ਯਾਰ ਹੱਥ ਬੰਨ ਕੇ ਕੋਈ ਵੀ ਵੀਰ ਜਿਹੜਾ ਜਾਲ ਦੇ ਭਾਰ ਨਾ ਆਉਂਦਾ। ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਸਤਿਕਾਰਯੋਗ ਹੋ, ਬਈ ਜਾਲ ਦੇ ਭਾਰ ਨਾ ਆਉਂਦਾ ਮੇਰਾ ਵੀਰਾ। ਦਰਸ਼ਕੋ ਜਿਹੜਾ ਪਿੱਛੇ ਟਰੈਕਟਰ ਆ ਰਿਹਾ ਨਾ ਪੀਲੇ ਰੰਗ ਦਾ, ਇਹ ਯਮੁਨਾ ਨਗਰ ਤੋਂ ਪਹੁੰਚਿਆ ਹੈ, ਅੱਜ ਦੂਜਾ ਮੈਚ ਹੈ ਇਹਦਾ, ਅੱਜ ਇਸ ਟਰੈਕਟਰ ਦਾ ਦੂਜਾ ਮੈਚ ਹੈ। ਤੇ ਦੂਜੇ ਪਾਸੇ ਰਾਜੂ ਮੈਨ ਦਾ ਪ੍ਰੀਤ ਟਰੈਕਟਰ ਮੈਚ ਜਿਹੜਾ 10ਵਾਂ ਸ਼ੁਰੂ ਹੋਣ ਜਾ ਰਿਹਾ ਹੈ, ਮੌੜ ਰੋਟੀ 53-10 ਤੇ ਜਨਕ 53-10 ਦੋਨੋਂ ਟਰੈਕਟਰ ਆ ਜਾਣ, ਮੌੜ ਰੋਟੀ 53-10। ਮੌੜ ਰੋਟੀ 53-10 ਔਰ ਜਨਕ 53-10, ਇਹ ਵੀ ਦੋਨੋਂ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਉਧਰ ਜਿੰਨੇ ਵੀਰ ਅੱਜ ਕਵਰੇਜ ਕਰ ਰਹੇ ਨੇ
punjabilivetv.com और मालवा टीवी फास्टवे नेटवर्क वाले साडे वीर इन्हां भरावां दा चेचेदार धन्नवाद है। नाल ही साडे स्टूडियो वाले वीर दा इन्हां दा भी चेचेदार दे धन्नवाद है। पुछो जी ਬਹੁਤ ਸਰ ਵੀਰੋ, ਇਹਨਾਂ ਨੂੰ ਮਾੜਾ ਮਾੜਾ ਪਿੱਛੇ ਕਰ ਦਿਓ, ਪਿਆਰ ਨਾਲ ਹੁੰਦੇ ਨਹੀਂ ਇਹਨਾਂ ਨੂੰ, ਹੁਣ ਤੁਸੀਂ ਉਹ ਕਰੋਗੇ ਪਿੱਛੇ। ਉਹ ਵੀਰ ਹੋ ਜਾਓ ਆਪਣੇ ਆਪ ਥੋੜਾ ਥੋੜਾ ਪਿੱਛੇ। ਅਗਲੇ ਮੈਚ ਦੇ ਲਈ ਮੌੜ ਰੋਟੀ 53 ਦਾ ਸਰ ਜਨਕ 53 ਦਾ ਸਰ ਇਹ ਵੀ ਜਿਹੜੇ ਜਲਦੀ ਨਾਲ ਆ ਜਾਣ। ਜਿਹੜੇ ਮੇਰੇ ਵੀਰ ਨੂੰ A7 ਫੋਨ ਲੱਭੇ ਆ, ਉਹਨੇ ਜਿਹੜਾ ਮੂੰਹ ਮੰਗਿਆ ਇਨਾਮ ਲੈਣਾ, ਉਹ ਸਾਤੋਂ ਆ ਕੇ ਲੈ ਸਕਦਾ, ਉਹ ਫੋਨ ਸਾਡੇ ਪਹੁੰਚਾ ਦੇਵੇ A7। ਬਈ ਵਾਹ, ਇਹਦੇ ਵਿੱਚੋਂ ਪ੍ਰੀਤ ਟਰੈਕਟਰ ਚ ਇੱਕ ਸਾਈਡ ਜਿੱਤ ਗਿਆ ਹੈ। ਪ੍ਰੀਤ ਟਰੈਕਟਰ ਜਿਹੜਾ ਉਹ ਇੱਕ ਸਾਈਡ ਜਿੱਤ ਚੁੱਕਿਆ ਹੈ। ਲੈ ਵੀ ਬਾਈ ਪਾਣੀ ਕਿਹੜਾ ਪਿਆਈ ਚੱਲ ਸਾਰੀ ਸੰਗਤ ਨੂੰ। ਇੱਕ ਪਾਸੇ ਹਰਿਆਣੇ ਤੋਂ ਟਰੈਕਟਰ ਪਹੁੰਚਿਆ ਆਇਆ ਹੈ ਯਮੁਨਾਨਗਰ ਤੋਂ, ਜਿਹੜਾ ਤੁਸੀਂ ਪੀਲੇ ਰੰਗ ਦਾ ਟਰੈਕਟਰ ਤੱਕ ਰਹੇ ਹੋ ਮਹਿੰਦਰਾ ਕੰਪਨੀ ਦਾ, ਤੇ ਦੂਜੇ ਪਾਸੇ ਰਾਜੂ ਮੈਣ ਮਾਜਰੀ ਪਿੰਡ ਦਾ ਚੁੰਨੀ ਦਾ ਏਰੀਆ ਮੇਰੇ ਵੀਰਿਓ ਪ੍ਰੀਤ ਟਰੈਕਟਰ ਦਾ ਪ੍ਰਦਰਸ਼ਨ ਕਰ ਰਿਹਾ ਹੈ। ਭਾਵੇਂ ਪਹਿਲਾਂ ਗੱਲ ਹੋਈ ਅਰਜਨ ਟਰੈਕਟਰਾਂ ਦੇ ਨਾਲ ਬੱਲੇ ਬੱਲੇ ਕਰਵਾਈ ਹੈ ਉੱਪਰਾਂ ਦੇ ਵਿੱਚ ਰਾਜੂ ਮੈਣ ਮਾਜਰੀ ਪਿੰਡ ਦਾ, ਪਰ ਇੱਕ ਪਾਸੇ ਦੂਜਾ ਜਿਹੜਾ ਮੈਚ ਆ ਅੱਜ ਇਸ ਟਰੈਕਟਰ ਦਾ, ਜਿਹੜਾ ਤੁਸੀਂ ਮਹਿੰਦਰਾ ਕੰਪਨੀ ਦਾ ਟਰੈਕਟਰ ਦੇਖ ਰਹੇ ਹੋ ਪੀਲੇ ਰੰਗ ਦੇ ਵਿੱਚ, ਤੇ ਦੂਜੇ ਪਾਸੇ ਪ੍ਰੀਤ ਟਰੈਕਟਰ। ਮਾਰ ਦਿਓ ਤਾੜੀਆਂ ਦਰਸ਼ਕ ਵੀਰੋ, ਜੇ ਸਵਾਦ ਆਉਂਦਾ ਮਾਰ ਦਿਓ ਤਾੜੀਆਂ, ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਮੈਚ ਦੇ ਲਈ। ਸਵਾਲ ਆਇਆ ਇਹਦੇ ਵਿੱਚੋਂ ਪ੍ਰੀਤ ਟਰੈਕਟਰ ਜਿੱਤ ਚੁੱਕਿਆ ਹੈ। ਪ੍ਰੀਤ ਟਰੈਕਟਰ ਇਸ ਮੈਚ ਦੇ ਵਿੱਚੋਂ ਜੇਤੂ ਹੈ। ਅਗਲਾ ਮੈਚ ਜਿਹੜਾ ਉਹ ਦੋਨੇ ਟਰੈਕਟਰ ਜਿਹੜੇ ਜੌਂਡੀਅਰ ਨੇ, ਦੋਨੇ ਟਰੈਕਟਰ ਜਿਹੜੇ 53 ਦਸ ਨੇ, ਪਰ ਇੱਕ ਟਰੈਕਟਰ ਦੋ ਮੋਟਰਸਾਈਕਲਾਂ ਦਾ ਜੇਤੂ ਹੈ, ਇੱਕ ਟਰੈਕਟਰ ਜਿਹੜਾ ਸੰਘਰਸ਼ ਕਰ ਰਿਹਾ ਹੈ, ਉਹਦੇ ਵੀ ਇਨਾਮ ਵਧੀਆ ਨੇ। ਅਗਲੇ ਮੈਚ ਬਈ ਵਾਹ,
ਟੈਂਕ ਵਾਲਾ ਮੇਰਾ ਵੀ ਨੋਟ ਕਰੇ, ਕੁਰਸੀਆਂ ਲੱਗੇ ਲੋਡ ਕਰਨ ਬੈਰੀਗੇਡ। ਹੈਲੋ ਬੈਰੀਗੇਟ ਵਾਲਾ ਨੋਟ ਕਰੇ ਮੇਰਾ ਵੀਰ, ਵੀਰੇ ਸੇਬੇ ਲਿਆ ਕੇ ਕਿਹੜਾ ਬੰਨਦੇ ਬੈਰੀਗੇਟ, ਜਾਣਕਾਰ ਸਾਰੇ ਪਾਸਿਓਂ 60 ਨਿਊ ਜਨਕ ਆਰ ਐਕਸ ਤੇ ਗੱਗੀ 60 ਨਿਊ, ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਉਧਰ ਸਾਡਾ ਪ੍ਰੀਤ ਵੀਰ ਪੁੱਜਿਆ ਮਾਨੂਪੁਰ ਤੋਂ, ਉਸ ਵੀਰ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਸਾਡਾ ਬਾਈ ਪ੍ਰੀਤ ਮਾਨੂਪੁਰ ਤੋਂ। ਨਾਲ ਹੀ ਸਾਡੇ MLA ਫਾਰਮ ਵਾਲੇ ਆਨੰਦ ਮਾਣ ਰਹੇ ਨੇ, ਸਾਡੇ ਬਾਈ ਜਸਵੀਰ ਹੋਣੀ, ਗਾਂਧੀ ਹੋਣੀ, ਨਾਲ ਹੀ ਸਾਰੇ ਵੀਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ। ਇੱਕ ਪਾਸੇ ਟਰੈਕਟਰ ਜਿਹੜਾ ਛਤਰੀ ਵਾਲਾ ਟਰੈਕਟਰ ਹੈ, ਇਹ ਟਰੈਕਟਰ ਦਾ ਰੋਟੀ ਖਾਸ ਪਿੰਡ ਹੈ। ਜਦੋਂ ਨਾਭੇ ਤੋਂ ਜਾਈਏ ਨਾ ਮੇਰੇ ਵੀਰੋ ਪਟਿਆਲੇ ਨੂੰ, ਤਾਂ ਬਿਲਕੁਲ ਨਹਿਰ ਦੇ ਵਸਿਆ ਪਿੰਡ ਹੈ। ਤੇ ਦੂਜੇ ਪਾਸੇ ਟਰੈਕਟਰ ਜਿਹੜੇ ਪਿੰਡ ਦੇ ਕਵਾਲ ਮਸ਼ਹੂਰ ਨੇ, ਜਿਹੜੇ ਪਿੰਡ ਦੇ ਕਬੱਡੀ ਦੇ ਖਿਡਾਰੀ ਮਸ਼ਹੂਰ ਨੇ, ਬਾਵੇ ਵਰਗੇ, ਪੇਜੀ ਵਰਗੇ, ਮਤੋਈ ਪਿੰਡ ਹੈ, ਮਲੇਰਕੋਟਲੇ ਦੇ ਬਿਲਕੁਲ ਵਿੱਚ ਵਸਿਆ ਨਗਰ ਹੈ ਮਤੋਈ ਪਿੰਡ। ਇਹ ਟਰੈਕਟਰ ਵੀ 2 ਮੋਟਰਸਾਈਕਲਾਂ ਦਾ ਜੇਤੂ ਹੈ। ਇੱਕ ਟਰੈਕਟਰ 1 ਤਰੀਕ ਨੂੰ ਜਿਹੜਾ ਇਕਲਾਹੇ ਦੀ ਧਰਤੀ ਤੋਂ ਤੇ ਫਿਰ ਤੁਹਾਡੇ ਗੁਆਂਢੀ ਨਗਰ ਮੱਲ ਮਾਜਰੇ ਤੋਂ ਇਸ ਟਰੈਕਟਰ ਨੇ 2 ਮੋਟਰਸਾਈਕਲ ਜਿੱਤੇ ਨੇ ਮੇਰੇ ਵੀਰੋ ਟੋਚਨਾ ਦੇ ਵਿੱਚ। ਸਾਡੇ ਪੀਤੀ ਮਾਸਟਰ ਹੋਣੀ ਨਾਲ ਮਨੀ ਹੋਣਾ ਦਾ ਚੇਚੇਦਾਰ ਦੇ ਧੰਨਵਾਦ ਹੈ। ਉਧਰ ਜਿੰਨੇ ਵੀ ਸਾਡੇ ਵੀਰ ਪੁੱਜਦੇ ਜਾ ਰਹੇ ਨੇ ਫਰੈਂਡਲੀ ਸਰਕਲ ਤੋਂ, ਸਾਡੇ ਦੀਪੇ ਸਰਪੰਚ ਦੇ, ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਡੀ ਕਮੇਟੀ ਨੂੰ ਬੇਨਤੀ ਆ ਮੈਂਬਰਾਂ ਨੂੰ ਵੀ ਉਹ ਮਾੜਾ ਜਿਹਾ ਸਰਪੰਚ ਸਾਹਿਬ ਨਾਲ ਸੰਪਰਕ ਕਰਨ, ਜਿਹੜੇ ਮੈਂਬਰ ਨੇ ਜਿੰਨੇ ਵੀ ਅੰਦਰ ਨੇ ਸਾਡੇ ਕਮੇਟੀ ਦੇ ਮੈਂਬਰ ਬੈਰੀਗੇਡ ਤੋਂ, ਉਹ ਗੱਲ ਸੁਣਨ ਸਾਡੀ ਆ ਕੇ ਮਾੜੀ ਜੀ। ਪਾਣੀ ਵਾਲੀ ਟੈਂਕੀ ਦੇ ਕੋਲ ਜਿਹਦੇ ਵੀ ਵੀਰ ਦੇ ਮੋਟਰਸਾਈਕਲ ਖੜੇ ਨੇ, ਉਹ ਆਪਣੇ ਮੋਟਰਸਾਈਕਲ ਜਿਹੜੇ ਜ਼ਰੂਰ ਸਾਈਡ 'ਤੇ ਕਰ ਲੈਣ। ਪਾਣੀ ਦੀ ਟੈਂਕੀ ਜਿਹੜੀ ਖਾਲੀ ਹੋ ਚੁੱਕੀ ਹੈ, ਉਹ ਭਰਨ ਜਾ ਰਹੇ ਨੇ। ਸਾਡੇ ਵੀਰ ਜੀ ਦੇ ਮੋਟਰਸਾਈਕਲ ਖੜੇ ਨੇ, ਉਹ ਜਿਹੜੇ ਸਾਈਡ 'ਤੇ ਕਰ ਲੈਣ। ਪਰ ਇੱਧਰ ਦੋਨੋਂ ਟਰੈਕਟਰ ਜਿਹੜੇ ਇੱਕੋ ਹੀ ਕੰਪਨੀ ਦੇ ਨੇ ਵੀਰੇ, ਆਪਣੇ ਆਪ ਸਾਰੇ ਪਿੱਛੇ ਨੂੰ ਹੋ ਜਾਓ ਬੈਰੀਗੇਡ ਤੋਂ, ਮੇਰਾ ਵੀਰ ਬਣ ਕੇ ਸਾਰੇ ਪਿੱਛੇ ਨੂੰ ਹੋ ਜਾਓ। ਸਾਡੀ ਕਮੇਟੀ ਦੇ ਮੈਂਬਰ ਆ ਰਹੇ ਨੇ, ਸਾਰਿਆਂ ਨੂੰ ਪਿੱਛੇ ਕਰਨਗੇ ਵੀਰੇ, ਮਾੜਾ ਮਾੜਾ ਪਿੱਛੇ ਹੋ ਜਾਓ ਵੀਰੇ, ਉਹ ਪਿੱਛੇ ਨੂੰ ਵੀਰ ਬਣ ਕੇ ਜ਼ਿਆਦਾ ਮੂਹਰਲੇ 2-2 ਬੰਦੇ ਬਹਿ ਜਾਓ, ਉੱਪਰੋਂ ਮੌਸਮ ਵੀ ਠੰਡਾ ਹੋ ਗਿਆ। ਇਧਰ ਮੈਂ ਜਿਹੜਾ ਮਤੋਈ ਪਿੰਡ ਹੈ ਬਿਲਕੁਲ ਮਲੇਰਕੋਟਲੇ ਦੇ ਵਿੱਚ ਵਸਿਆ ਨਗਰ ਹੈ, ਤੇ ਦੂਜੇ ਪਾਸੇ ਰੋਟੀ ਖਾਸ ਪਿੰਡ ਹੈ ਜ਼ਿਲ੍ਹੇ ਪਟਿਆਲੇ ਦਾ, ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ।
ਬਾਈ ਹੈਰੀ ਸਾਈਡ ਤੇ ਹੋਣਾ, ਆ ਲਓ ਇਹਦੇ ਵਿੱਚੋਂ ਇੱਕ ਮੇਰੇ ਮੂਰਲੇ ਬਹਿ ਜਾਓ ਬੰਦੇ, ਆਪਾਂ ਇਹਨਾਂ ਨੂੰ ਵੀ ਸਾਰਿਆਂ ਨੂੰ ਬਿਠਾਇਆ ਹੋਇਆ, ਬਹਿ ਜਾਓ। ਉਹ ਰੋਟੀ ਵਾਲੇ ਟਰੈਕਟਰ ਨੇ ਜਿੱਤ ਲਈ ਹੈ, ਪਰ ਅਗਲਾ ਮੈਚ ਗੱਗੀ 60 ਨਿਊ ਆਰ ਜਨਕ ਆਰ ਐਕਸ ਅਗਲੇ ਮੈਚ ਦੇ ਟਰੈਕਟਰ ਵੀ ਜਿਹੜੇ ਜਲਦੀ ਨਾਲ ਆ ਜਾਣ। ਗੱਗੀ 60 ਨਿਊ ਚੰਡੀ ਦਾ ਜਿਹੜਾ ਇੰਤਜ਼ਾਰ ਕੀਤਾ ਜਾਵੇ, ਭਰ ਲਓ ਇਹਦੇ ਵਿੱਚੋਂ ਰੋਟੀ ਵਾਲਾ ਟਰੈਕਟਰ ਜਿਹੜਾ ਜੇਤੂ ਹੈ। ਪਰ ਮਾਸਟਰ ਜੀ ਅਜੇ ਪਹਿਲਾ ਮੈਚ ਹੈ, ਹਜੇ ਕੰਮਾਂ ਕਾਰਾਂ ਤੋਂ ਜਿਹੜੀ ਹੁਣ ਵੇਲ ਮਿਲੀ ਹੈ ਤੁਹਾਨੂੰ, ਪਰ ਅੱਜ ਪਹਿਲਾ ਮੈਚ ਹੈ। ਬਾਬਾ ਕਿਰਪਾ ਕਰੇ ਅੱਗੇ ਵਾਸਤੇ ਥੋੜਾ ਟਰੈਕਟਰ ਜਿਹੜਾ ਵਧੀਆ ਚੱਲੇ। ਚਲੋ ਜੀ ਆਰ ਐਕਸ ਦਰਸ਼ਕ ਵੀਰ ਨੋਟ ਕਰ ਰਹੇ, ਜਿਨ੍ਹਾਂ ਦੇ ਲੰਗਰ ਦੇ ਹਾਫ ਵਿੱਚ ਮੋਟਰਸਾਈਕਲ ਖੜੇ ਨੇ ਉਹ ਸਾਈਡ ਤੇ ਕਰ ਲਓ, ਪਾਣੀ ਟੈਂਕੀ ਖਤਮ ਹੋ ਚੁੱਕੀ ਆ ਲੰਗਰ ਹਾਲ ਦੇ ਵਿੱਚ, ਉਹ ਟੈਂਕੀ ਭਰ ਕੇ ਲਿਆਉਣੀ ਆ ਪਾਣੀ ਦੀ। ਕਮੇਟੀ ਵਾਲੇ ਵੀਰਾਂ ਨੇ ਕਿਹਾ ਵੀ ਆਪੋ ਆਪਣੇ ਮੋਟਰਸਾਈਕਲ ਪਰੇ ਕਰ ਲਓ, ਪਾਣੀ ਦੀ ਬਹੁਤ ਜ਼ਿਆਦਾ ਲੋੜ ਆ। ਅਤੇ ਦਰਸ਼ਕ ਵੀਰ ਨੋਟ ਕਰ, ਜਿਨ੍ਹਾਂ ਦੇ ਮੋਟਰਸਾਈਕਲ ਖੜੇ ਨੇ ਉਹ ਇੱਕ ਸਾਈਡ ਕਰ ਲਓ। ਹੈਲੋ ਦਰਸ਼ਕੋ, ਜਿਹੜਾ ਟਰੈਕਟਰ ਤੁਸੀਂ ਆਰ ਐਕਸ ਤੱਕ ਰਹੇ ਹੋ, ਜਿਹੜੇ ਟਰੈਕਟਰ ਉੱਤੇ ਮੁੰਡਾ ਹਰੇ ਰੰਗ ਦੀ ਪੱਗ ਬੰਨੀ ਬੈਠਾ ਹੈ, ਇਸ ਟਰੈਕਟਰ ਦਾ 22 ਮਈ ਜਗੜ ਮਾਜਰੇ ਪਿੰਡ ਸਨੀ ਇਨਕਲੇਵ ਦੇ ਬੈਕ ਸਾਈਡ ਤੇ ਜਗੜ ਮਾਜਰਾ ਪਿੰਡ ਹੈ, ਉੱਥੇ ਇਸ ਟਰੈਕਟਰ ਨੇ ਜਿਹੜਾ ਮੋਟਰਸਾਈਕਲ ਵਿਨ ਕੀਤਾ ਹੈ, CT 100 ਮੋਟਰਸਾਈਕਲ ਜਿੱਤਿਆ ਹੈ। ਕਮਲ ਆਰ ਐਕਸ ਟਰੈਕਟਰ ਦੇ ਨਾਲ ਆ ਰਿਹਾ ਹੈ, ਇਸ ਟਰੈਕਟਰ ਜਿਹੜਾ 22 ਮਈ ਨੂੰ ਸਨੀ ਇਨਕਲੇਵ ਦੇ ਬਿਲਕੁਲ ਬੈਕ ਸਾਈਡ ਤੇ ਜਕੜ ਮਾਜਰਾ ਪਿੰਡ ਹੈ, ਜਿੱਥੇ ਇਸ ਟਰੈਕਟਰ ਨੇ ਇੱਕ ਜਿਹੜਾ ਮੋਟਰਸਾਈਕਲ ਵਿਨ ਕੀਤਾ ਹੈ। ਤੇ ਦੂਜੇ ਪਾਸੇ ਸੁੱਖਾ ਸ਼ੇਰੋਵਾਲਾ, ਇਸ ਟਰੈਕਟਰ ਦਾ ਪਹਿਲਾਂ ਲੋਹਾਰੇ ਪਿੰਡ ਦੇ ਵਿੱਚ 5ਵਾਂ ਨੰਬਰ ਰਿਹਾ ਹੈ, 24 ਤਰੀਕ ਵਾਲੇ ਦਿਨ ਫਿਰ 25 ਤਰੀਕ ਨੂੰ ਉੱਭਾਵਾਲ ਪਿੰਡ ਦੇ ਵਿੱਚ ਜਿਹੜਾ ਦੂਜਾ ਨੰਬਰ ਰਿਹਾ ਹੈ ਇਸ ਟਰੈਕਟਰ ਦਾ। ਇਹ ਵੀ ਟਰੈਕਟਰ ਸ਼ੇਰੋ ਪਿੰਡ ਦਾ, ਜਿਹੜੇ ਪਿੰਡ ਦਾ ਮਟਰ ਲਿਖਦਾ ਹੈ, ਜਿਹੜੇ ਪਿੰਡ ਦਾ ਘਾਕਾ ਕਬੱਡੀ ਖੇਡਦਾ ਹੈ, ਇਹਨਾਂ ਦਾ ਧੰਨਵਾਦ ਹੈ। ਪਰ ਇਹਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ, ਵੀਰੇ ਹਾਫ ਕਲੱਚ ਜਿਹੜਾ ਕੋਈ ਵੀ ਨਾ ਕਰਿਓ।
ਬ੍ਰੇਕਾਂ ਤੋਂ ਪੈਰ ਚੱਕ ਲਾ ਬਾਈ। ਲਾਓ ਮੇਰੇ ਵੀਰ ਹਾਂਜੀ, ਅਗਲਾ ਮੈਚ ਗੋਲਡੀ ਗੱਭਰੂ ਤੇ ਗੱਗੀ ਪੰਜਾਬ। ਗੋਲਡੀ ਗੱਭਰੂ ਔਰ ਗੱਗੀ ਪੰਜਾਬ, ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਮੇਨ ਗੇਟ ਤੇ ਲੈ ਆਉਣ ਅਗਲੇ ਮੈਚ ਦੇ ਲਈ। ਇਹਨਾਂ ਦਾ ਜਾਣ ਲੱਗਿਆ ਹੋਇਆ ਹੈ, ਜਾਣ ਨੂੰ ਬੰਨ ਦੇਣ। ਵਈ ਵਾਹ, ਮੈਚ ਜਿਹੜਾ ਬਰਾਬਰ ਹੋ ਗਿਆ ਦਰਸ਼ਕੋ, ਮੈਚ ਜਿਹੜਾ ਇੱਕ ਇੱਕ ਸਾਈਡ ਜਿਹੜੀ ਦੋਨੋਂ ਟਰੈਕਟਰਾਂ ਨੇ ਜਿੱਤ ਲਈ ਹੈ, ਮੈਚ ਬਰਾਬਰ। ਟੌਸ ਪਾ ਲਓ ਹਾਲੇ 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 ਟੌਸ ਜਿਹੜੀ ਉਹ ਸੁੱਖੇ ਸ਼ੇਰੋਂ ਨੇ ਜਿੱਤ ਲਈ ਹੈ, ਟਾਸ ਜਿਹੜੀ ਸੇਰੋਂ ਵਾਲੇ ਸੁੱਖੇ ਨੇ ਜਿੱਤ ਲਈ ਹੈ। ਗੱਗੀ ਦੇ ਨਾਂ ਤੇ ਐਂਟਰੀ ਅੱਜ ਨਿਊ ਟਰੈਕਟਰ ਕਰਕੇ ਉਹ ਸੁੱਖੇ ਦੇ ਨਾਲ ਜਿਹੜਾ ਮੈਚ ਸਾਡਾ ਕਮਲ ਆਰ ਐਕਸ ਗੋਲਡੀ ਗੱਭਰੂ ਤੇ ਗੱਗੀ ਪੰਜਾਬ। ਵਈ ਵਾਹ, ਗੋਲਡੀ ਗੱਭਰੂ ਤੇ ਗੱਗੀ ਪੰਜਾਬ। ਦਰਸ਼ਕੋ ਜੀ, ਆਹ ਮੈਚ ਦਾ ਸਵਾਦ ਹੈ, ਇੱਕ ਵਾਰੀ ਤਾੜੀ ਮਾਰ ਦਿਓ ਗਿਆ ਖੁੱਲ ਕੇ ਇਸ ਮੈਚ ਦੇ ਲਈ। ਉਧਰ ਸੁੱਖਾ ਸ਼ੇਰੋਂ ਵਾਲਾ ਇਸ ਮੈਚ ਦੇ ਵਿੱਚੋਂ ਜੇਤੂ ਹੈ, ਸੁੱਖਾ ਸ਼ੇਰੋਂ ਵਾਲਾ। ਗੋਲਡੀ ਗੱਭਰੂ ਤੇ ਗੱਗੀ ਪੰਜਾਬ। ਗੱਗੀ ਗੱਗੀ ਦੂਜਾ ਟਰੈਕਟਰ ਲੈ ਕੇ ਆਓ ਵੀਰ, ਕੋਈ ਨਾ ਬਾਕੀ ਅੰਦਰ ਆਵੇ। ਬਾਈ ਜੀ ਬਾਹਰ ਹੋ ਜਾਓ ਵੀਰੇ, ਵਾਧੂ ਆਦਮੀ ਬਾਹਰ ਹੋ ਜਾਓ।
ਹੈਲੋ ਗੋਲਡੀ ਗਗਨ ਬੀਕੇ ਤੋਂ ਗੱਭਰੂ ਹੋ ਗਿਆ ਹੁਣ, ਹੌਲੀ ਹੌਲੀ ਫਿਰ ਜਵਾਨ ਹੋ ਜੂ ਪੂਰਾ, ਫਿਰ ਬਾਬਾ ਬਣੂ ਹੈ। ਹੈਲੋ ਭਿੰਦਰ ਧਾਂਦਲਾ ਅਰਜਨ ਤੇ ਜਗਵਿੰਦਰ ਅਰਜਨ, ਭਿੰਦਰ ਧਾਂਦਲਾ ਅਰਜਨ ਔਰ ਜਗਵਿੰਦਰ ਜੋਗੀ ਮਾਜਰਾ ਅਰਜਨ, ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਗੁਰਦੀਪ ਹਰਿਆਊ ਤੇ ਬਾਗੜੀ ਵਾਲਾ ਪੱਪੀ ਵੀ ਆਵੇ, ਨਾ ਜੱਜ ਆਵੇ ਨਾ ਕੋਈ ਹੋਰ ਆਵੇ। ਚਲੋ ਜੀ, ਮੈਂ ਜਿਹੜਾ ਉਹ ਫੇਰ ਸ਼ੁਰੂ ਹੋਣ ਜਾ ਰਿਹਾ, ਇੱਕ ਪਾਸੇ ਗੱਗੀ ਸੰਗਤ ਪੁਰੀ ਆ ਤੇ ਦੂਜੇ ਪਾਸੇ ਸਰਵਰਪੁਰ ਪਿੰਡ ਹੈ, ਇੱਥੋਂ ਥੋੜੀ ਦੂਰੀ ਤੇ ਵਸੇ ਪਿੰਡ ਹੈ ਸਰਵਰਪੁਰ। ਮੈਚ ਉਹ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ, ਦੋਨੋਂ ਟਰੈਕਟਰ ਜਿਹੜੇ ਸੋਨੇ ਟਿੱਕੇ ਨੇ, ਪਰ ਪਾਵਰ ਵੱਖੋ ਵੱਖਰੀ ਹੈ। ਉਹ ਦੇਖੋ ਮੇਰੇ ਵੀਰੋ, ਗੱਗੀ ਸੰਗਤਪੁਰੀ ਆ, ਸੰਗਤਪੁਰੀ ਆ, ਸੰਗਤਪੁਰੀ ਆ, ਗੱਗੀ ਸੰਗਤਪੁਰੀ ਆ ਜਿਹੜਾ ਉਹ ਇੱਕ ਸਾਈਡ ਜਿੱਤ ਗਿਆ ਹੈ, ਗੱਗੀ ਸੰਗਤਪੁਰੀ ਆ। ਦਰਸ਼ਕ ਵੀਰੋ ਬੈਰੀਗੇਟ ਤੋਂ ਥੋੜਾ ਥੋੜਾ ਪਿੱਛੇ ਹੋ ਜਾਓ ਆਪਣੇ ਆਪ, ਵੀਰੋ ਵੀਰੇ ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ ਆਪਣੇ ਆਪ। ਬਹੁਤ ਬਹੁਤ ਧੰਨਵਾਦ ਤੁਹਾਡਾ ਸਹਿਯੋਗ ਦੇਣ ਦੇ ਲਈ। ਅਗਲੇ ਮੈਚ ਦੇ ਲਈ ਭਿੰਦਰ ਧਾਂਦਲਾ ਤੇ ਜਗਵਿੰਦਰ ਅਰਜਨ, ਭਿੰਦਰ ਧਾਂਦਲਾ ਤੇ ਜਗਵਿੰਦਰ ਅਰਜਨ ਉਹ ਜਿਹੜੇ ਜਲਦੀ ਨਾਲ ਆ ਜਾਣ। ਭਿੰਦਰ ਆ ਜਾਓ ਵੀਰੋ ਜਲਦੀ, ਬਈ ਵਾਹ ਇਹਦੇ ਵਿੱਚੋਂ ਗੱਗੀ ਸੰਗਤਪੁਰੀ ਆ ਜਿੱਤ ਗਏ ਇਸ ਮੈਚ ਦੇ ਵਿੱਚੋਂ, ਗੱਗੀ ਸੰਗਤਪੁਰੀ ਆ ਜੇਤੂ ਹੈ। ਅਗਲਾ ਮੈਚ ਜਗਵਿੰਦਰ ਅਰਜਨ ਤੇ ਭਿੰਦਰ ਧਾਂਦਲਾ ਅਰਜਨ, ਜਗਵਿੰਦਰ ਅਰਜਨ ਤੇ ਭਿੰਦਰ ਧਾਂਦਲਾ ਅਰਜਨ।
ਕੋਠੇ ਤੇ ਖੜੇ ਵੀਰ ਵੀ ਨੋਟ ਕਰਨ ਵੀਰੇ, ਇਹਦੇ ਬਾਲੇ ਮਾੜੇ ਨੇ ਕੋਠੇ ਦੇ, ਵੀਰੇ ਇਹਦੇ ਬਾਲੇ ਮਾੜੇ ਨੇ, ਆਪਣਾ ਧਿਆਨ ਨਾਲ ਖੜੋ ਮੇਰਾ ਵੀਰ ਬਣ ਕੇ। ਜਸਲੀਨ ਆਰ ਐਕਸ ਆਰ ਜੋਤ ਪੱਪਰੀਆਂ, ਇਹ ਵੀ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਜਸਲੀਨ ਆਰ ਐਕਸ ਤੇ ਜੋਤ ਪੱਪਰੀਆਂ, ਇਧਰ ਬਹੁਤ ਬਹੁਤ ਧੰਨਵਾਦ ਹੈ ਦੀਪਾ ਸਰਪੰਚ ਜੀ, ਜੋ ਕਿ ਪ੍ਰਧਾਨ ਸਾਹਿਬ ਨੇ ਕੁੱਲੇਵਾਲ ਦੇ, ਮਾਸਟਰ ਸੀਤਲ ਸਿੰਘ ਜੀ, ਸ਼ੇਰ ਸਿੰਘ ਜੀ ਲੰਬੜਦਾਰ ਸਾਹਿਬ, ਮਨਦੀਪ ਸਿੰਘ ਜੀ, ਗੁਰਮੀਤ ਸਿੰਘ ਜੀ, ਡਾਕਟਰ ਗਿੰਦੀ ਜੀ, ਬਲਦ ਦੌੜਾਕ ਨੇ ਮਾਸਟਰ ਬਲਦੇਵ ਸਿੰਘ ਜੀ, ਰਵਨੀਤ ਸਿੰਘ ਜੀ, ਰੌਬੀ ਗੁਰਪ੍ਰੀਤ ਸਿੰਘ ਜੀ, ਨਾਲ ਹੀ ਸਾਡੇ ਜਗਜੀਵਨ ਜਗਵੀਨ ਸਿੰਘ ਜੀ, ਜੱਗੀ ਬਾਈ ਜੀ, ਜਿਹਨਾਂ ਨੇ ਗਰਾਊਂਡ ਦੀ ਸੇਵਾ ਕੀਤੀ ਹੈ, ਗੁਰਵਿੰਦਰ ਸਿੰਘ, ਤਰਨ ਸਿੰਘ, ਗੁਰਪ੍ਰੀਤ ਸਿੰਘ ਹੈਪਾ, ਪ੍ਰਦੀਪ ਸਿੰਘ ਜੀ, ਮੋਹਨ ਸਿੰਘ, ਮੱਖਣ ਸਿੰਘ, ਬਲਦੇਵ ਸਿੰਘ ਪੰਚ, ਰਾਮ ਸਿੰਘ ਪੰਚ, ਲਛਮਣ ਸਿੰਘ ਸਰਪੰਚ ਦਾ ਚੇਚੇ ਤੌਰ 'ਤੇ ਧੰਨਵਾਦ ਹੈ, ਜਿਹੜੇ ਸਾਡੇ ਵੀਰ ਸੇਵਾਵਾਂ ਦੇ ਰਹੇ ਨੇ, ਸਾਰੇ ਵੀਰਾਂ ਦਾ ਧੰਨਵਾਦ ਹੈ। ਜਸਲੀਨ ਦਾ ਜੇ ਟਰੈਕਟਰ ਬਾਈ ਓਕੇ ਆ ਤਾਂ ਦੱਸ ਕੇ ਜਾਣ। ਜਸਲੀਨ ਆਰ ਐਕਸ ਦੇ ਜੋਤ ਟੱਪਰੀਆਂ, ਵੀਰੇ ਗੇਟ ਖਾਲੀ ਕਰ ਦਿਓ, ਹੈਲੋ ਵੀਰ, ਹੋਕ ਵਾਲਾ ਗੁੱਲਾ ਦਿਓ ਇੱਕ ਮੇਰਾ ਵੀਰ, ਉਹ ਵੀਰ ਇੱਕ ਗੁੱਲਾ ਲੈ ਕੇ ਆਈ ਹੋਕ ਵਾਲਾ। ਹੈਲੋ ਵੀਰ, ਅੱਜ ਟਰੈਕਟਰ ਦੇ ਆਪਾਂ ਗੁੱਲਾ ਪਾਉਣਾ, ਮੇਰਾ ਵੀਰ ਇੱਕ ਜਣਾ ਲੈ ਕੇ ਆ ਜਾਵੇ ਟਰੈਕਟਰ ਵਾਲਾ, ਮੇਰਾ ਵੀਰ ਬਹੁਤ ਬਹੁਤ ਧੰਨਵਾਦ ਹੋਊਗਾ ਗੁੱਲਾ ਮੇਰਾ ਵੀਰ। ਬਈ ਲੱਠ ਚਪਾਉਣ ਵਾਲੀ ਪਿੰਨ ਦੇ ਕੇ ਜਾਇਓ ਜੀ, ਹਾਂ ਗੁੱਲਾ ਲਿਆ ਮੇਰਾ ਵੀਰ।
ਸਾਡਾ ਵੀਰ ਗਗਨਾ ਘਰਖਣਾ ਤੋਂ ਪਹੁੰਚਿਆ ਪੰਚ, ਉਹਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਟੂਰਨਾਮੈਂਟ ਆਉਣ ਤੇ। ਹੈਲੋ, ਬਈ ਭਿੰਦਰਾ ਤੁਸੀਂ ਪਿੰਨ ਪਾਉਣ ਦੀ ਗੱਲ ਕਰੋ ਯਾਰ, ਗੱਲਾਂ ਨਾ ਕਰੋ ਇੱਥੇ। ਨਿਕਲ ਜਾਣਾ ਵੀਰੇ, ਵੀਰਾਂ ਦਾ ਨਿਕਲਿਆ ਨਹੀਂ ਹੈਗਾ। ਮੁੜ ਕੇ ਕੱਢਣਾ ਵੀ ਆ ਨਾ ਇਹਨੂੰ। ਆ ਵੀਰੇ ਗੁੱਲਾਂ ਲੈ ਕੇ ਆਇਓ ਇੱਕ ਵਾਰ, ਟਰੈਕਟਰ ਵਾਲਾ ਆ ਦੇ ਦੇ। ਹੈਲੋ ਬਾਈ ਜੀ, ਗੁੱਲਾ ਦੇ ਕੇ ਜਾਇਓ। ਭਿੰਦਰਾ ਬਾਹਰੋਂ ਕਿਸੇ ਨੂੰ ਫੋਨ ਕਰਦੇ ਮਾਜਰੀ ਵਾਲਿਆਂ ਨੂੰ। ਜਸਲੀਨ ਆ ਤੇਰੇ ਟਰੈਕਟਰ ਚੋਂ ਗੁੱਲਾ ਕੱਢ ਕੇ ਦੇ ਕੇ ਜਾਈ ਯਾਰ, ਦੇ ਕੇ ਜਾਈ ਵੀਰੇ। ਗਿਆਨੀ ਆਈ ਆਈ ਖੜ ਜਾ ਜੀ, ਗੁੱਲਾ ਆ ਗਿਆ ਗਿਆਨੀ ਜੀ। ਉਹ ਆਉਂਦਾ ਮੁੰਡਾ ਜਸਲੀਨ, ਆ ਦੇ ਕੇ ਜਾਈ ਯਾਰ, ਆਈ ਆਈ ਲਿਆਈ। ਉਹ ਗੁੱਲਾ ਭੇਜ ਦਿਓ ਮੇਰਾ ਵੀਰ ਬਣ ਕੇ, ਚੱਕ ਸਰਾਏ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਜਿੰਨੇ ਵੀ ਮੇਰੇ ਵੀਰ, ਸੋ ਉਹਨਾਂ ਦਾ ਵੀ ਧੰਨਵਾਦ ਆ। ਵੱਡਾ ਖੇਡ ਮੇਲਾ ਕਰਾਇਆ ਚੱਕ ਸਰਾਏ ਵਾਲਿਆਂ ਮੇਰੇ ਵੀਰਾਂ ਨੇ। ਪੈਂਦਾ ਇਹ ਵੀ ਨਹੀਂ ਮੋੜ ਲਾ ਇੱਥੋਂ ਹੀ, ਇਹ ਤੂੰ ਪਤਲੀ ਪਿੰਨ ਹੋਵੇ ਤੂੰ ਪਤਲੀ ਯਾਰ। ਪਾਣੀ ਵਾਲੇ ਵੀਰ ਆਵਾਜ਼ ਦਿੱਤੇ ਸਾਡੀ ਸੁਣਦੇ ਨੇ, ਉਹ ਸਾਡੇ ਪ੍ਰਬੰਧਕ ਵੀਰਾਂ ਵਾਸਤੇ, ਕਮੈਂਟਰੀ ਵਾਲੇ ਵੀਰਾਂ ਵਾਸਤੇ, ਲਾਈਵ ਵਾਲੇ ਵੀਰਾਂ ਵਾਸਤੇ ਪਾਣੀ ਲੈ ਕੇ ਆ ਜਾਣ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਨੇ ਪਾਣੀ ਵਾਲੇ ਸਾਡੇ ਵੀਰ। ਜਾਨ ਅਨਮੁੱਲੇ ਕਲੱਬ ਵੱਲੋਂ ਪਿੰਡ ਬਜੀਤਪੁਰ ਨੇੜੇ ਨਗਾਵਾਂ ਬਸੀ ਰੋਡ ਮਰੰਡੇ ਵਾਲੇ ਤੇ ਪਿੰਡ ਆ, 5 ਜੂਨ ਨੂੰ ਟਰੈਕਟਰਾਂ ਦੀਆਂ ਦੌੜਾਂ ਹੋਣੀਆਂ ਨੇ। ਨੋਰਮਲ ਟਰੈਕਟਰ ਭੱਜਣਗੇ, ਪਹਿਲਾ ਨਾਮ ਉਹਨਾਂ ਨੇ ਰੱਖਿਆ 11,000, ਦੂਜਾ ਨਾਮ 7100, ਤੀਜਾ ਨਾਮ 5100, ਚੌਥਾ ਨਾਮ 3100। 5 ਜੂਨ ਨੂੰ ਮੁਕਾਬਲੇ ਹੋਣੇ ਨੇ, ਕੋਈ ਟਰਬੋ ਟਰੈਕਟਰ ਨਹੀਂ ਭੱਜੂਗਾ, ਸਿਰਫ ਨੋਰਮਲ ਟਰੈਕਟਰ ਭੱਜਣਗੇ। ਟਰੈਕਟਰਾਂ ਦੇ ਸ਼ੌਕੀਨ ਵੀਰ ਇਹ ਖੇਡ ਮੇਲਾ ਵੀ ਨੋਟ ਕਰਨ, ਆ ਟਰੈਕਟਰ ਅਗਲੇ ਮੈਚ ਦੇ ਅੰਦਰ ਲੈ ਆਓ, ਜੋਤ ਟੱਪਰੀਆਂ ਤੇ ਜਸਲੀਨ। ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਰੁਕ ਜਾਓ, ਹੈਲੋ।
ਇਸ ਮੈਚ ਤੋਂ ਬਾਅਦ ਜਸਲੀਨ ਆਰ ਐਕਸ ਆਰ ਜੋਤ ਟੱਪਰੀਆਂ, ਜਸਲੀਨ ਆਰ ਐਕਸ ਆਰ ਜੋਤ ਟੱਪਰੀਆਂ, ਇਹ ਟਰੈਕਟਰ ਜਿਹੜੇ ਜਲਦੀ ਨਾਲ ਆ ਜਾਣ। ਮੁੜਿਆ 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 ਭਾਈ ਮਨੀ, ਜਿੰਨਾ ਚਿਰ ਟਰੈਕਟਰ ਖੜਦੇ ਨੀ ਨਾ ਆਪ ਕਲਾਚ ਕਿਸੇ ਨੇ ਨੀ ਕਰਨਾ ਬਈ। ਹੁਣ ਦਰਸ਼ਕਾਂ ਦੇ ਵਿੱਚ ਜਿਹੜੀ ਥੋੜੀ ਹਲਚਲ ਜੀ ਹੋਈ ਹੈ, ਦੋਨੋਂ ਟਰੈਕਟਰ ਇੱਕੋ ਕੰਪਨੀ ਦੇ ਨੇ ਔਰ ਦੋਨੋਂ ਟਰੈਕਟਰ ਜਿਹੜੇ 605 ਨੇ ਅਰਜਨ ਨੇ, ਪਰ ਤਕਨੀਕਾਂ ਜਿਹੜੀਆਂ ਵੱਖੋ ਵੱਖਰੀਆਂ ਨੇ, ਕਿਤੇ ਨਾ ਕਿਤੇ ਕਲਾ ਚ ਲੇਟ ਆ। ਪਾਣੀ ਵਾਲੇ ਜਿਹੜੇ ਵੀਰ ਪਾਣੀ ਦੇ ਰਹੇ ਨੇ, ਪਾਣੀ ਜਿਹੜਾ ਸਾਡੇ ਪਾਣੀ ਵਾਲੇ ਵੀਰ ਕੀ ਹੈ, ਉਹ ਪਾਣੀ ਜਿਹੜਾ ਜ਼ਰੂਰ ਲੈ ਆਉਣ। ਜਸਲੀਨ ਟਰੈਕਟਰ ਤਿਆਰ ਆ ਬਈ, ਕੱਪੜੀ ਵਾਲੇ ਪੁੱਤ ਦੋਨੇ ਤਿਆਰ ਨੇ। ਠੀਕ ਲਾਡੀ ਹਾਫ ਕਲੱਚ ਨਾ ਕਰੋ ਬਈ, ਉਹ ਮੁੰਡਿਓ ਆ ਲੈ ਲਾਓ ਮੇਰੇ ਵੀਰਿਓ। ਮੈਚ ਜਿਹੜਾ ਉਹ ਬਰਾਬਰੀ ਤੇ ਆ ਚੁੱਕਿਆ ਹੈ, ਗੱਲ ਜਿਹੜੀ ਟਾਸ ਤੇ ਆਉਣੀ ਹੈ, ਮੈਚ ਬਰਾਬਰੀ ਤੇ। ਟਾਸ ਜਿੱਤੀ ਉਹ ਜਗਵਿੰਦਰ ਅਰਜਨ ਟਰੈਕਟਰ ਨੇ ਜਿੱਤ ਲਈ ਹੈ, ਤੇ ਸਾਈਡ ਜਿਹੜੀ ਉਹਨੇ ਸੇਮ ਹੀ ਆ।
ਦਰਸ਼ਕ ਵੀਰੋ ਹੇਠਾਂ ਬੈਠ ਕੇ ਦੇਖੋ, ਜਿਹੜੇ ਅੰਦਰ ਬੈਰੀਗੇਡ ਤੋਂ ਸਾਡੇ ਪ੍ਰਬੰਧਕ ਵੀਰ ਨੇ, ਥੱਲੇ ਬੈਠ ਵੀਰੇ, ਖੜਾ ਲਓ ਪਹਿਲਾਂ ਟਰੈਕਟਰ ਜੀ, ਪਹਿਲਾਂ ਟਰੈਕਟਰਾਂ ਨੂੰ ਖੜਾ ਲਓ। ਇਹਦੇ ਵਿੱਚੋਂ ਜਗਵਿੰਦਰ ਅਰਜਨ ਦਾ ਟਰੈਕਟਰ ਜਿਹੜਾ ਬਾਜ਼ੀ ਮਾਰ ਚੁੱਕਿਆ ਹੈ, ਜਗਵਿੰਦਰ ਅਰਜਨ, ਜਗਵਿੰਦਰ ਜਿਹੜਾ ਪੂਰਾ ਖੁਸ਼ ਹੈ। ਜੋਤ ਉਹ ਦੇਖੋ ਭਾਜੀ, ਦੋਨੇ ਜੋਤ ਟੱਪਰੀਆਂ ਤੇ ਜਸਲੀਨ ਉਹਨੇ ਟਰੈਕਟਰ ਆ ਗਏ, ਸੁੱਖਾ ਢੇਹਾ ਤੇ ਗੋਲਡੀ ਬਾਬਾ। ਦਰਸ਼ਕ ਵੀਰੋ ਗੇਟ ਛੱਡ ਦਿਓ, ਬਾਕੀ ਬਾਹਰ ਹੋ ਜਾਓ, ਦੋਨਾਂ ਟਰੈਕਟਰਾਂ ਨੂੰ ਅਗਲਿਆਂ ਨੂੰ ਅੰਦਰ ਆਉਣ ਦਿਓ, ਬਾਕੀ ਦਰਸ਼ਕ ਵੀਰ ਬਾਹਰ, ਟਰੈਕਟਰਾਂ ਦੇ ਸਿਰਫ ਇੱਕ ਇੱਕ ਬੰਦਾ ਆਊਗਾ ਅੰਦਰ ਵੀਰ। ਆਏ ਹਾਏ, ਉਹ ਆਉਂਦਾ ਪੰਜਾਬ ਲਾਡੀ, ਵਿਰਾਟ ਕੋਹਲੀ ਆ ਗਿਆ। ਦਰਸ਼ਕ ਵੀਰ ਛੱਡ ਕੇ ਖੜੋ, ਮੇਰਾ ਵੀਰ ਬਣ ਕੇ। ਗੋਪੀ ਜਿਹੜੀ ਤੈਨੂੰ ਗੱਲ ਦੱਸ ਦਿੰਦੇ ਆ ਨਾ, ਵੀ ਵਿਰਾਟ ਕੋਹਲੀ ਵਾਲੀ, ਆਹ ਮੁੰਡਾ ਜਿਹੜਾ ਆਰਐਕਸ ਤੇ ਬੈਠਾ ਵਿਰਾਟ ਕੋਹਲੀ, ਜਿਹਨੂੰ ਚੰਡੀਗੜ੍ਹ ਦੇ ਵਿੱਚ ਇੱਕ ਬੰਦੇ ਨੇ ਕਹਿੰਦਾ ਚੱਕ 1100 ਰੁਪਈਆ, ਤੂੰ ਮੇਰਾ ਵਿਰਾਟ ਕੋਹਲੀ ਆ। ਗੋਲਡੀ ਸਰਵਰਪੁਰ ਬਾਬਾ ਤੇ ਸੁੱਖਾ ਢੇਹਾ, ਸੁੱਖਾ ਢੇਹਾ ਤੇ ਗੋਲਡੀ ਬਾਬਾ। ਚਾਲ ਆ ਮੇਰਾ ਵੀਰ, ਜਿੱਥੇ ਸਾਡੀ ਆਵਾਜ਼ ਸੁਣਦਾ ਹੈ ਉਹ ਚਾਹ ਲੈ ਕੇ ਗਰਾਊਂਡ ਦੇ ਵਿੱਚ ਆ ਜਾਵੇ, ਚਾਲ ਆ ਮੇਰਾ ਵੀਰ।
ਪਹਿਲਾ ਇਨਾਮ ਜਿਹੜਾ ਵੀ ਦਿੱਤਾ ਜਾਣਾ ਕ੍ਰਿਕਟ ਦੇ ਵਿੱਚ ਉਹ ਮੋਟਰਸਾਈਕਲ, ਦੂਜਾ ਇਨਾਮ 15,000 ਰੁਪਇਆ ਹੋਊਗਾ। ਸੋ ਕ੍ਰਿਕਟ ਦੇ ਸ਼ੌਕੀਨ ਵੀਰ ਵੀ ਨੋਟ ਕਰਨ। ਮੇਰੇ ਵੀਰ ਨੂੰ ਬੇਨਤੀ ਕੀਤੀ ਜਾਂਦੀ ਪਾਣੀ ਵਾਲੇ ਨੂੰ ਵੀ ਅਤੇ ਚਾਹ ਵਾਲੇ ਨੂੰ ਵੀ, ਵੀਰੋ ਚਾਹ ਲੈ ਕੇ ਆ ਜਾਵੇ। ਲਾਈਵ ਵਾਲਿਆਂ ਨੂੰ ਵੀ ਚਾਹ ਪਿਲਾਉਣੀ ਆ, ਜਿਹੜੇ ਪ੍ਰਬੰਧਕ ਵੀਰ ਨੇ ਵਿੱਚ 5-7 ਉਹਨਾਂ ਨੂੰ ਵੀ ਆਪਾਂ ਚਾਹ ਪਿਲਾਉਣੀ ਆ। ਚਾਹ ਤੇ ਪਾਣੀ ਦੋਨੇ ਚੀਜ਼ਾਂ ਲੈ ਕੇ ਮੇਰੇ ਵੀਰ ਪਹੁੰਚ ਜਾਣ ਸਾਡੇ ਕੋਲ। ਹੈਲੋ, ਲਿੰਕਾਂ ਉੱਤੇ ਚੱਕ ਲਓ, ਲਿੰਕਾਂ ਉੱਤੇ ਚੱਕ ਲਓ। ਤੂੰ ਨਾਲ ਹੀ ਬੈਠੇਗਾ, ਤੂੰ ਨਾਲ ਹੀ ਬੈਠੇਗਾ। ਆ ਲਿੰਕਾਂ ਉੱਤੇ ਚੱਕ ਲਾ ਫਿਰ। ਪੰਜਾਬ ਪੰਜਾਬ ਬਾਈ, ਲਿੰਕਾਂ ਉੱਤੇ ਚੱਕ, ਲਿੰਕਾਂ ਉੱਤੇ ਚੱਕ, ਲਿੰਕਾਂ। ਸਾਈਡਾਂ ਜਿਹੜੀਆਂ ਚੇਂਜ ਹੋ ਰਹੀਆਂ ਨੇ, ਸੁੱਖਾ ਤੇ ਹਾਂ ਤੇ ਗੋਲਡੀ ਬਾਬਾ, ਸੁੱਖਾ ਤੇ ਹਾਂ ਤਿਆਰ ਹੋ ਬਈ, ਠੀਕ ਹੈ। ਇੱਕ ਦੇ ਨਾਲ ਇੱਕੋ ਹੀ ਆਇਓ। ਗੁਰਦੀਪ ਆਰ ਐਕਸ ਤੇ ਤਾਜਵੀਰ ਬਾਗੜੀਆਂ, ਉਹ ਵੀ ਮੈਂ ਅਗਲੇ ਮੈਚ ਲਈ ਤਿਆਰ ਰਹਿਣ, ਲਾਸਟ ਮੈਚ ਲਈ। ਗੁਰਦੀਪ ਆਰ ਐਕਸ ਤੇ ਤਾਜਵੀਰ ਬਾਗੜੀਆਂ, ਆ ਜਾਓ ਜੀ। ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਜੇ ਸਵਾਦ ਆਉਂਦਾ। ਕੋਈ ਤਾੜੀਆਂ ਮਾਰ ਦਿਓ, ਫਿਲਮ ਮਾਰ ਦਿਆ ਕਰੋ ਤਾੜੀਆਂ ਜ਼ੋਰਦਾਰ। ਟਾਸ ਕਿਹਨੇ ਪਾਉਣੀ ਆ? ਟਾਸ ਆ ਜਾ, ਆ ਜਾ ਟਾਸ ਪਾ ਲਾ ਤੂੰ ਬਾਈ ਤਾਂ। ਟਾਸ ਜਿਹੜੀ ਪੰਜਾਬ ਨੇ ਜਿੱਤ ਲਈ ਹੈ, ਸਾਈਡਾਂ ਚੇਂਜ। ਵੀਰੇ ਉਹ ਮਾਰ ਦਿਓ ਤਾੜੀਆਂ, ਨਾਲੇ ਵੀਰੇ ਪਿੱਛੇ ਪਿੱਛੇ ਹੋ ਜਾਓ, ਇਹਦੇ ਮਾਰ ਦਿਓ ਤਾੜੀਆਂ ਜ਼ੋਰਦਾਰ ਇਸ ਮੈਚ ਦੇ ਲਈ। ਟੱਪਰੀਆਂ
ਜਸਲੀਨ, ਜਸਲੀਨ ਦਾ ਟਰੈਕਟਰ ਜਿੱਤ ਗਿਆ, ਜਸਲੀਨ ਆਰ ਐਕਸ ਜੇਤੂ। ਰਾਜਵੀਰ ਬਾਗੜੀਆਂ ਬਾਈ ਜੀ ਮਾਰੋ ਵੀਰ ਬਣ ਕੇ ਜਿੰਨੇ ਮੇਰੇ ਛੋਟੇ ਵੀਰ ਆ ਜਿਹੜੇ ਅੰਦਰ ਆਏ ਨੇ ਇਹਨਾਂ ਇੱਥੋਂ ਥੋੜੀ ਦੂਰੀ ਤੇ ਵਸਿਆ ਪਿੰਡ ਹੈ ਗੋਲਡੀ ਦੇ ਨਾਮ ਤੇ ਐਂਟਰੀ ਹੈ। ਪਹਿਲੀ ਵਾਰੀ ਜਦੋਂ ਟੋਚਨਾ ਦੇ ਵਿੱਚ ਮੋਟਰਸਾਈਕਲ ਰੱਖਿਆ ਗਿਆ ਤਾਂ ਗੋਲਡੀ ਦੇ ਖੂੰਡੇ ਟਰੈਕਟਰ ਨੇ ਜਿਹੜਾ ਮੋਟਰਸਾਈਕਲ ਵਿਨ ਕੀਤਾ ਮੋਹੀ ਪਿੰਡ ਤੋਂ, ਜਿਹੜਾ ਤੁਸੀਂ ਸੋਨਾਲੀਕਾ ਟਰੈਕਟਰ ਤੱਕ ਰਹੇ ਹੋ 2013-14 ਦੇ ਵਿੱਚ ਸਭ ਤੋਂ ਵੱਧ ਨਾਮ ਜਿੱਤਣ ਵਾਲਾ ਟਰੈਕਟਰ ਹੈ। ਤੇ ਦੂਜੇ ਪਾਸੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਢੇਹਾ ਪਿੰਡ ਹੈ ਮੇਰੇ ਵੀਰੋ ਜਾਂਡੀਓ ਟਰੈਕਟਰ ਤੇ ਸੁੱਖਾ ਡਰਾਈਵਰੀ ਕਰ ਰਿਹਾ ਹੈ। ਜ਼ਿਲ੍ਹੇ ਹੁਸ਼ਿਆਰਪੁਰ ਦਾ ਢੇਹਾ ਪਿੰਡ ਹੈ ਤੇ ਸੁੱਖਾ ਜਾਂਡੀਓ ਟਰੈਕਟਰ ਨੂੰ ਲੈ ਕੇ ਗਰਾਊਂਡ ਦੇ ਵਿੱਚ ਹੈ। ਤਾਜਵੀਰ ਬਾਗੜੀਆਂ ਔਰ ਗੁਰਦੀਪ ਹਰਿਆਊ ਆਰ ਐਕਸ ਤਾੜੀ ਮਾਰ ਲਓ, ਮਾਰ ਲਓ ਆਪਣੇ ਆਪ ਲਈ ਇੱਕ ਜ਼ੋਰਦਾਰ ਤਾੜੀ। ਇਹ ਵਾਰ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਇੱਕ ਪਾਸੇ ਚੌਂਟੀ ਟਰੈਕਟਰ ਹੈ ਜ਼ਿਲ੍ਹੇ ਹੁਸ਼ਿਆਰਪੁਰ ਦਾ ਪਾਣੀ ਮਾਰ ਦਿਓ ਜ਼ੋਰਦਾਰ ਤਾੜੀਆਂ ਜੇ ਮੈਚ ਦਾ ਸਵਾਦ ਆਉਂਦਾ ਦਰਸ਼ਕ ਵੀਰੋ। ਮਾਰ ਦਿਓ ਇੱਕ ਲਲਕਾਰਾ ਵੀ ਮਾਰ ਦਿਓ ਜ਼ੋਰਦਾਰ ਫਿਰ ਇਹ ਆ ਸਵਾਦ ਅੱਜ ਦੇ ਟੂਰਨਾਮੈਂਟ। ਇੱਧਰ ਮੈਚ ਜਿਹੜਾ ਬਹੁਤ ਵਧੀਆ ਖੇਡਿਆ ਜਾ ਰਿਹਾ ਹੈ ਜਿਹੜੀ ਸੋਨੇ ਨਿੱਕੇ ਟਰੈਕਟਰ ਨੇ ਜਿੱਤ ਲਈ ਹੈ। ਅਕਸਰ ਤੁਸੀਂ ਇਸ ਟਰੈਕਟਰ ਦੇ ਮੂਹਰੇ ਲੱਗਿਆ ਹੋਇਆ ਦੇਖਦੇ ਸੀ ਕਿ ਬਾਬੇ ਦੇ ਵੀ ਮਿੱਤਰੋ ਜਵਾਨੀ ਹੁੰਦੀ ਸੀ। ਇਹ ਟਰੈਕਟਰ ਵੀ ਬਹੁਤ ਟੂਰਨਾਮੈਂਟਾਂ ਦਾ ਜੇਤੂ ਹੈ ਪਰ ਇੱਕ ਪਾਸੇ ਸੁੱਖਾ ਢੇਹਾ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਜਾਂਡੀ ਬਾਈ ਬਾਬਾ ਕੰਬਣੀ ਰੋਗ ਛੱਡ ਗਿਆ ਕਠਾਲੇ ਵਾਲਿਆ। ਤਾਜਵੀਰ ਬਾਗੜੀਆਂ ਆਰ ਗੁਰਦੀਪ ਹਰਿਆਊ ਆਰ ਐਕਸ ਇਹ ਦੋਨੋਂ ਟਰੈਕਟਰ ਆ ਜਾਣੇ